Aí ele ia comer verde, cara, juntos. ਓਕੇ ਦੋਸਤੋ, ਪੰਜਾਬੀ ਮੰਚ ਲਾਈਵ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਦਲਵੀਰ ਭਰੋਵਾਲ ਤੇ ਉਹਨਾਂ ਦੇ ਸਾਥੀ ਸ਼ਾਮਲ ਹੋਣਗੇ। ਕੈਲੀਫੋਰਨੀਆ ਤੋਂ ਪ੍ਰੋਫੈਸਰ ਸੁਹਿੰਦਰ ਬੀਰ, ਜਿਹੜੇ ਕਿ ਅਮਰੀਕਾ ਕੈਨੇਡਾ ਦੇ ਦੌਰੇ ਤੇ ਆਏ ਹੋਏ ਨੇ ਅੱਜ ਕੱਲ ਤੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਪੜ੍ਹਾਉਂਦੇ ਨੇ, ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਮਿਡਲ ਵਾਲੀ ਤਸਵੀਰ ਦੇ ਵਿੱਚ ਪ੍ਰੋਫੈਸਰ ਸੁਹਿੰਦਰ ਬੀਰ ਬੈਠੇ ਨੇ ਤੇ ਤਸਵੀਰ ਆਪਣੇ ਸਕਰੀਨ ਦੇ ਖੱਬੇ ਪਾਸੇ ਦਲਵੀਰ ਭਰੋਵਾਲ ਅੰਮ੍ਰਿਤਸਰ ਤੋਂ ਬੈਠੇ ਨੇ। ਬਠਿੰਡਾ ਵਾਲੇ ਸਾਡੇ ਸਾਥੀ 8:30 ਵਜੇ ਸ਼ਾਮਲ ਹੋਣਗੇ ਤੇ ਉਹ ਇਸ ਵੇਲੇ ਤਿਆਰੀ ਕਰ ਰਹੇ ਨੇ, ਬਾਅਦ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ। ਅਸੀਂ ਸਾਡੇ ਕੋਲ ਕਿਉਂਕਿ 20 ਮਿੰਟ ਦਾ ਸਮਾਂ ਹੈਗਾ ਅੱਜ ਐਕਸਟਰਾ, ਅਸੀਂ ਉਨੇ ਟਾਈਮ ਵਿੱਚ ਪ੍ਰੋਫੈਸਰ ਸਾਹਿਬ ਤੋਂ ਕੁਛ ਰਚਨਾਵਾਂ ਸੁਣਦੇ, ਇਹਨਾਂ ਦਾ ਲਾਹਾ ਲੈਂਦੇ ਹਾਂ। ਪ੍ਰੋਫੈਸਰ ਸਾਹਿਬ, ਅਸੀਂ ਇਹ ਸਾਰਾ ਟਾਈਮ ਜਿੰਨੀ ਦੇਰ ਸਾਡੇ ਬਾਕੀ ਸਾਥੀ ਨਹੀਂ ਆਉਂਦੇ ਅਸੀਂ ਤੁਹਾਨੂੰ ਦੇ ਦੇਣਾ, ਤੁਹਾਡਾ ਲਾਹਾ ਲੈਂਦੇ ਹਾਂ ਤੇ ਤੁਸੀਂ ਸਾਨੂੰ ਆਪਣੀਆਂ 5-7 ਰਚਨਾਵਾਂ ਸੁਣਾਓ, ਵੱਖ ਵੱਖ ਵੰਨਗੀ ਦੀਆਂ, ਆਪਣੀਆਂ ਸਾਰੀ ਕਿਤਾਬਾਂ ਦੇ ਵਿੱਚੋਂ ਇੱਕ ਦੋ ਦੋ, ਤਾਂ ਕਿ ਸਾਡੇ ਸਰੋਤੇ ਤੁਹਾਡੇ ਜਾਣੂ ਹੋ ਜਾਣ। ਸਰੋਤੇ ਤੇ ਆਪਣੇ ਕੋਲ ਲਾਈਵ ਤੇ ਹਜ਼ਾਰਾਂ ਦੀ ਗਿਣਤੀ ਚ ਹੈ, ਉਹ ਤਾਂ ਸਾਰੀ ਦੁਨੀਆ ਵਾਚ ਕਰ ਰਹੀ ਹੈ, ਲਾਈਵ ਜਾ ਰਿਹਾ ਆਪਣਾ ਪ੍ਰੋਗਰਾਮ। ਇਹ ਰਿਕਾਰਡ ਹੋ ਰਿਹਾ ਪ੍ਰੋਫੈਸਰ ਸਾਹਿਬ, ਇਹ ਰਿਕਾਰਡ ਹੋ ਰਿਹਾ ਹੁਣ ਨਾਓ, ਹਾਂਜੀ ਰਿਕਾਰਡ ਹੋ ਰਿਹਾ ਨਾਲ ਨਾਲ, ਨਾਓ ਵੀ ਆਰ ਲਾਈਵ, ਨਾਲ ਨਾਲ ਰਿਕਾਰਡ ਵੀ ਹੋ ਰਿਹਾ। ਠੀਕ ਹੈ, ਹਾਂਜੀ ਠੀਕ ਹੈ, ਵੈਰੀ ਗੁੱਡ। ਜਿਹੜੇ ਸਟੂਡੀਓ ਚ ਬੈਠਣ ਵਾਲੇ 5-7 ਬੰਦੇ, ਉਹਨਾਂ ਨੇ ਬਾਅਦ ਚ ਆਉਣਾ, ਬਾਕੀ ਸਾਰੀ ਦੁਨੀਆ ਵਾਚ ਕਰ ਰਹੀ ਆ। ਓਕੇ, ਹਾਂਜੀ ਇੱਕ ਗਜ਼ਲ ਹੈ, ਪਹਿਲਾਂ ਉਹਦੇ ਕੋਈ ਸ਼ੇਅਰ ਪੇਸ਼ ਕਰ ਲਗਾ ਮੈਂ। ਹਾਂਜੀ ਹਾਂਜੀ, ਕਿ ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ? ਮਹਿਕਾਂ ਵਰਗੇ, ਹਾਂ ਬਹੁਤ ਵਧੀਆ ਬਹੁਤ ਵਧੀਆ, ਬਿਲਕੁਲ ਆ ਰਹੀ ਹੈ, ਸਭ ਠੀਕ ਹੈ। ਹਾਂਜੀ ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਜੀਵਨ ਚੋਂ ਹੁਸੀਨ ਨਜ਼ਾਰੇ ਚਲੇ ਗਏ। ਹਾਂਜੀ ਵਾਹ ਵਾਹ, ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਜੀਵਨ ਚੋਂ ਹੁਸੀਨ ਨਜ਼ਾਰੇ ਚਲੇ ਗਏ। ਤੇ ਲੱਭਦਾ ਫਿਰਦਾ ਵੀਰ ਹੈ ਅੱਜ ਕੱਲ ਸੱਜਣਾ ਨੂੰ। ਹਾਂਜੀ ਲੱਭਦਾ ਫਿਰਦਾ ਵੀਰ ਹੈ ਅੱਜ ਕੱਲ ਸੱਜਣਾ ਨੂੰ, ਸੱਜਣਾ ਦੇ ਉਹ ਵਾਰੇ ਪਾਰੇ ਚਲੇ ਗਏ। ਹਾਂਜੀ ਵਾਹ, ਸੱਜਣਾ ਦੇ ਉਹ ਵਾਰੇ ਪਾਰੇ ਚਲੇ ਗਏ। ਤੇ ਸ਼ੇਰ ਸੁਣਨਾ ਕਿ ਮਿੱਟੀ ਦੇ ਵਿੱਚ ਮਿਲਿਆ ਬੂਰ ਇਹ ਸਾਹਾਂ ਦਾ। ਹਾਂਜੀ ਮਿੱਟੀ ਦੇ ਵਿੱਚ ਮਿਲਿਆ ਬੂਰ ਇਹ ਸਾਹਾਂ ਦਾ, ਮਿੱਟੀ ਦੇ ਜ਼ਰਖੇਜ਼ ਭੰਡਾਰੇ ਚਲੇ ਗਏ। ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਬਹੁਤ ਅੱਛੇ ਜੀਵਨ ਚੋਂ ਨਜ਼ਾਰੇ ਚਲੇ ਗਏ। ਤੇ ਸ਼ੇਰ ਸੁਣਨਾ ਕਿ ਧਰਤੀ ਅੰਬਰ ਚਾਰੇ ਕੂਟਾਂ ਗਾ ਲਈਆਂ। ਹਾਂਜੀ ਧਰਤੀ ਅੰਬਰ ਚਾਰੇ ਕੂਟਾਂ ਗਾ ਲਈਆਂ, ਉਹ ਕਿੱਥੇ ਮੇਰੀ ਅੱਖ ਦੇ ਤਾਰੇ ਚਲੇ ਗਏ। ਵੈਰੀ ਗੁੱਡ, ਬਹੁਤ ਅੱਛੇ। ਉਹ ਕਿੱਥੇ ਮੇਰੀ ਅੱਖ ਦੇ ਤਾਰੇ ਚਲੇ ਗਏ, ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਜੀਵਨ ਚੋਂ ਹੁਸੀਨ ਨਜ਼ਾਰੇ ਚਲੇ ਗਏ। ਕਿ ਦਿਲ ਦੀ ਬਾਤ ਅਜੇ ਮੈਂ ਪੂਰੀ ਕਰਨੀ ਸੀ। ਹਾਂਜੀ ਦਿਲ ਦੀ ਬਾਤ ਅਜੇ ਮੈਂ ਪੂਰੀ ਕਰਨੀ ਸੀ, ਸੱਜਣ ਭਰ ਕੇ ਚਾਰ ਹੁੰਗਾਰੇ ਚਲੇ ਗਏ। ਦਿਲ ਦੀ ਬਾਤ ਅਜੇ ਮੈਂ ਪੂਰੀ ਕਰਨੀ ਸੀ, ਸੱਜਣ ਭਰ ਕੇ ਚਾਰ ਹੁੰਗਾਰੇ ਚਲੇ ਗਏ। ਅਸੀਂ ਨਹੀਂ ਜਾਵਾਂਗੇ ਪ੍ਰੋਫੈਸਰ ਸਾਹਿਬ। ਅਟਕ ਗਿਆ ਹਾਂ ਸਿਖਰ ਦੁਪਹਿਰੇ ਰਾਹ ਅੰਦਰ। ਹਾਂਜੀ ਅਟਕ ਗਿਆ ਹਾਂ ਸਿਖਰ ਦੁਪਹਿਰੇ ਰਾਹ ਅੰਦਰ, ਸਾਹਾਂ ਵਰਗੇ ਯਾਰ ਸਹਾਰੇ ਚਲੇ ਗਏ। ਅਟਕ ਗਿਆ ਹਾਂ ਸਿਖਰ ਦੁਪਹਿਰੇ ਰਾਹ ਅੰਦਰ, ਸਾਹਾਂ ਵਰਗੇ ਯਾਰ ਸਹਾਰੇ ਚਲੇ ਗਏ। ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਜੀਵਨ ਚੋਂ ਹੁਸੀਨ ਨਜ਼ਾਰੇ ਚਲੇ ਗਏ। ਬਹੁਤ ਅੱਛੇ ਆਦਰ ਸ਼ੇਰ ਹੈ ਗਜ਼ਲ ਦਾ। ਹਾਂਜੀ ਕਿ ਮੇਰੀ ਅੱਖ ਵਿੱਚ ਭਰ ਕੇ ਸਾਗਰ ਛਲਕਣ ਲਈ। ਹਾਂਜੀ ਮੇਰੀ ਅੱਖ ਵਿੱਚ ਭਰ ਕੇ ਸਾਗਰ ਛਲਕਣ ਲਈ, ਢੋ ਕੇ ਉਮਰ ਦੇ ਬੂਹੇ ਸਾਰੇ ਚਲੇ ਗਏ। ਵੈਰੀ ਗੁੱਡ। ਮੇਰੀ ਅੱਖ ਵਿੱਚ ਭਰ ਕੇ ਸਾਗਰ ਛਲਕਣ ਲਈ, ਢੋ ਕੇ ਉਮਰ ਦੇ ਬੂਹੇ ਸਾਰੇ ਚਲੇ ਗਏ। ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ, ਜੀਵਨ ਚੋਂ ਹੁਸੀਨ ਨਜ਼ਾਰੇ ਚਲੇ ਗਏ। ਮਹਿਕਾਂ ਵਰਗੇ ਯਾਰ ਬਹੁਤ ਅੱਛੇ,
वेरी गुड, बहुत अच्छे, क्या बात है प्रोफेसर साहब। ਹੁਣ ਮੈਂ ਤੁਹਾਨੂੰ ਇੱਕ ਤਰੰਨਮ ਚ ਗੀਤ ਸੁਣਾਉਣਾ। ਹਾਂਜੀ ਤਰੰਨਮ ਚ ਤੁਸੀਂ ਹੁੰਗਾਰਾ ਨਾਲ ਨਾਲ ਭਰਿਆ ਕਰੋ ਤੁਸੀਂ। ਅਸੀਂ ਤਾਂ ਤੁਹਾਨੂੰ ਕਿਹਾ ਪ੍ਰੋਫੈਸਰ ਸਾਹਿਬ ਭਈ ਤੁਸੀਂ ਨਵੇਂ ਸੱਜਣ ਲੱਭੇ, ਅਸੀਂ ਨਹੀਂ ਦੌੜਦੇ। ਅੱਖੀਆਂ ਵਿੱਚ ਅਥਰੂ ਢੇਰ ਅਜੇ, ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਉਹ ਦਿਵਸ ਦਿਹਾੜਾ ਆਉਣਾ ਹੈ, ਮੁਸਕਾਣਾ ਹੈ, ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਅਸਾਂ ਪੈਰੇ ਟਿਕਾਏ ਅਰਸ਼ਾਂ ਤੇ, ਪਰ ਰਾਜ਼ ਨਾ ਜਾਣੇ ਫਰਸ਼ਾਂ ਦੇ। ਅਸਾਂ ਪੈਰੇ ਟਿਕਾਏ ਅਰਸ਼ਾਂ ਤੇ, ਪਰ ਰਾਜ਼ ਨਾ ਜਾਣੇ ਫਰਸ਼ਾਂ ਦੇ। ਧਰਤੀ ਦੀਆਂ ਦੂਰੀਆਂ ਮੁੱਕੀਆਂ ਨੇ, ਅੱਜ ਦਿਲ ਦਾ ਫਰਕ ਮਿਟਾਉਣਾ ਹੈ। ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਉਹ ਦਿਵਸ ਦਿਹਾੜਾ ਆਉਣਾ ਹੈ, ਜਾਂ ਹਰ ਚਿਹਰਾ ਮੁਸਕਾਉਣਾ ਹੈ। ਅੱਜ ਦੁਨੀਆ ਨੇੜੇ ਪਿੰਡ ਵਰਗੀ ਹੱਦ ਬੰਨਿਆ ਤੋਂ ਆਜ਼ਾਦ ਨਹੀਂ। ਅੱਜ ਦੁਨੀਆ ਨੇੜੇ ਪਿੰਡ ਵਰਗੀ ਹੱਦ ਬੰਨਿਆ ਤੋਂ ਆਜ਼ਾਦ ਨਹੀਂ। ਹੱਦ ਬੰਨਿਆਂ ਨੂੰ ਜੋ ਟਾ ਦੇਵੇ, ਉਹ ਦੌਰ ਹਜੇ ਤਾਂ ਆਉਣਾ ਹੈ। ਉਹ ਦੌਰ ਹਜੇ ਤਾਂ ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਘਰ ਘਰ ਵਿੱਚ ਕੋਰ ਹਨੇਰਾ ਹੈ, ਕਿਤੇ ਕੋਹਾਂ ਦੂਰ ਸਵੇਰਾ ਹੈ। ਘਰ ਘਰ ਵਿੱਚ ਕੋਰ ਹਨੇਰਾ ਹੈ, ਕਿਤੇ ਕੋਹਾਂ ਦੂਰ ਸਵੇਰਾ ਹੈ। ਹਰ ਰੂਹ ਨੂੰ ਜੋ ਸਰ ਸ਼ਾਰ ਕਰੇ, ਚਾਨਣ ਨੇ ਗੀਤ ਗਾਣਾ। ਹਰ ਰੂਹ ਨੂੰ ਜੋ ਸਰ ਸ਼ਾਰ ਕਰੇ, ਚਾਨਣ ਨੇ ਗੀਤ ਗਾਣਾ। ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਇਹ ਦੁਨੀਆ ਕਰਦਾ ਵੇੜਾ ਹੈ, ਸਭ ਸੰਗ ਹੀ ਰਿਸ਼ਤਾ ਮੇਰਾ ਹੈ। ਇਹ ਦੁਨੀਆ ਕਰਦਾ ਵੇੜਾ ਹੈ, ਸਭ ਸੰਗ ਹੀ ਰਿਸ਼ਤਾ ਮੇਰਾ ਹੈ। ਠਰਦੇ ਲਈ ਆਪਾਂ ਨਿੱਘ ਹੋਣਾ, ਤਪਦੇ ਲਈ ਛਾਂ ਬਣ ਜਾਣਾ। ਅੱਖੀਆਂ ਵਿੱਚ ਅਥਰੂ ਢੇਰ ਅਜੇ, ਸਾਹਾਂ ਵਿੱਚ ਗਮ ਦਾ ਗੇੜ ਅਜੇ। ਉਹ ਦਿਵਸ ਦਿਹਾੜਾ ਆਉਣਾ ਹੈ, ਜਾਂ ਹਰ ਚਿਹਰਾ ਮੁਸਕਾਉਣਾ ਹੈ। ਅੱਖੀਆਂ ਵਿੱਚ ਅਥਰੂ ਢੇਰ।
ਬਹੁਤ ਅੱਛੇ ਜੀ, ਬਹੁਤ ਅੱਛੇ, ਕਿਆ ਬਾਤ ਹੈ ਪ੍ਰੋਫੈਸਰ ਸਾਹਿਬ, ਬਹੁਤ ਅੱਛੇ। ਤੁਸੀਂ ਤਾਂ ਸ਼ੁਭੇ ਰੁਸਤਮ ਨਿਕਲੇ, ਤੁਸੀਂ ਗਾ ਵੀ ਲੈਂਦੇ ਆ, ਇਹ ਨਹੀਂ ਜੀ ਗੱਲ ਤੁਸੀਂ ਦੱਸੀ, ਗਵਾਉਣ ਵਾਲੀ ਗੱਲ ਸਾਨੂੰ ਅੱਜ ਹੀ ਪਤਾ ਲੱਗੀ ਹੈ। ਇੱਕ ਹੋਰ ਗੀਤ ਮੈਂ ਤੁਹਾਨੂੰ ਸੁਣਾਉਣ ਲੱਗਾ ਵਾਂ। ਹਾਂਜੀ, ਇਹ ਗੀਤ ਤੁਸੀਂ ਰਿਕਾਰਡ ਕਰ ਰਹੇ ਜੇ? ਹਾਂ, ਰਿਕਾਰਡ ਹੋ ਰਿਹਾ ਜੀ, ਨਾਲ ਨਾਲ ਰਿਕਾਰਡ ਹੋ ਰਿਹਾ। ਇਹ ਗੀਤ ਜਿਹੜਾ ਵਾ, ਮੈਂ ਜਿਨ੍ਹਾਂ ਦਿਨਾਂ ਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅੱਤਵਾਦ ਫੈਲਿਆ ਹੋਇਆ ਸੀ, ਹਾਂਜੀ, ਉਹਨਾਂ ਦਿਨਾਂ ਦੇ ਵਿੱਚ ਲਿਖਿਆ ਸੀ 1991-92 ਦੇ ਵਿੱਚ। ਹਾਂਜੀ, ਕਾਨੂੰ ਰੋਲਦਾ ਹੈ ਪੰਜਾਬ ਦੇ ਨਸੀਬ ਹਾਣੀਆਂ, ਕਾਨੂੰ ਟੰਗਦਾ ਹੈ ਪੰਜਾਬ ਨੂੰ ਸਲੀਬ ਹਾਣੀਆਂ, ਹੀਰਾ ਰਾਂਝਿਆਂ ਦੇ ਦੇਸ ਵਿੱਚ ਖੈਰ ਰਹਿਣ ਦੇ, ਪੰਜਾ ਪਾਣੀਆਂ ਦੇ ਵੇਗ ਨੂੰ ਹੁਲਾਰਾ ਲੈਣ ਦੇ, ਵੇਖ ਵਿਹੜੇ ਚ ਵਿਛਾਈ ਨਾ ਜਰੀਬ ਹਾਣੀਆਂ, ਕਾਨੂੰ ਰੋਲਦਾ ਪੰਜਾਬ, ਵੈਰੀ ਗੁੱਡ, ਕਾਨੂੰ ਟੰਗਦਾ ਪੰਜਾਬ, ਡੂੰਘੇ ਪਿਆਰ ਦੇ ਸਰੋਵਰਾਂ ਚ ਵਿਸ ਕੋਲ ਨਾ, ਸੋਹਣ ਧਰਤੀ ਚ ਆਦਮੀ ਦਾ ਖੂਨ ਡੋਲਣਾ, ਟੁੱਕ ਦੇਵੀ ਨਾ ਪਰਿੰਦਿਆਂ ਦੀ ਜੀਵ ਹਾਣੀਆਂ, ਕਾਨੂੰ ਰੋਲਦਾ ਪੰਜਾਬ, ਕਾਨੂੰ ਟੰਗਦਾ ਪੰਜਾਬ, ਕਾਨੂੰ ਜਗ ਦੇ ਚਿਰਾਗ ਤੂੰ ਬੁਝਾਈ ਜਾ ਰਿਹਾ, ਸੋਹਣੇ ਵਸ ਦੇ ਘਰਾਂ ਦੇ ਵਿੱਚ ਸੋਗ ਪਾ ਰਿਹਾ, ਮਾਪੇ ਪੁੱਤਾਂ ਤੋਂ ਬਗੈਰ ਨੇ ਗਰੀਬ ਹਾਣੀਆਂ, ਕਾਨੂੰ ਰੋਲਦਾ ਪੰਜਾਬ, ਕਾਨੂੰ ਟੰਗਦਾ ਪੰਜਾਬ, ਬਹੁਤ ਵਧੀਆ ਲਾਈਨ ਹੈ ਜੀ। ਬੁੱਢੇ ਬਿਰਦ ਹੋਏ ਰੁੱਖਾਂ ਕੋਲ ਛਾਵਾਂ ਰਹਿਣ ਤੇ, ਲੂਆਂ ਤੱਤਿਆਂ ਚ ਮਿੱਠੀਆਂ ਹਵਾਵਾਂ ਰਹਿਣ ਦੇ, ਬੁੱਢੇ ਬਿਰਦ ਹੋਏ ਰੁੱਖਾਂ ਕੋਲ ਛਾਵਾਂ ਰਹਿਣ ਦੇ, ਲੂਆਂ ਤੱਤਿਆਂ ਚ ਮਿੱਠੀਆਂ ਹਵਾਵਾਂ ਰਹਿਣ ਦੇ, ਕਰ ਦੂਰ ਹੁੰਦੇ ਰਾਈਆਂ ਨੂੰ ਕਰੀਬ ਹਾਣੀਆਂ, ਕਾਨੂੰ ਰੋਲਦੇ ਪੰਜਾਬ ਦੇ ਨਸੀਬ ਹਾਣੀਆਂ, ਕਾਨੂੰ ਟੰਗਦੇ ਪੰਜਾਬ ਨੂੰ ਸਲੀਬ ਹਾਣੀਆਂ, ਸੋਹਣੇ ਸੂਰਜਾਂ ਦੇ ਮੱਥੇ ਉੱਤੇ ਕਾਲ ਖਾਨਾ, ਤੂੰ ਨਿੱਕੀ ਉਮਰ ਚ ਜ਼ਿੰਦਗੀ ਦਾ ਰਹਿਣ ਦੇ ਸਰੂਰ, ਸੋਹਣੇ ਸੂਰਜਾਂ ਦੇ ਮੱਥੇ ਉੱਤੇ ਕਾਲ ਖਾਨਾ, ਤੂੰ ਨਿੱਕੀ ਉਮਰ ਚ ਜ਼ਿੰਦਗੀ ਦਾ ਰਹਿਣ ਦੇ ਸਰੂਰ, ਕਾਨੂੰ ਮਿੱਤਰਾਂ ਨੂੰ ਮਨ ਦੇ ਰਕੀਬ ਹਾਣੀਆਂ, ਕਾਨੂੰ ਰੋਲਦਾ ਪੰਜਾਬ ਦੇ ਨਸੀਬ ਹਾਣੀਆਂ, ਕਾਨੂੰ ਟੰਗਦਾ ਪੰਜਾਬ ਨੂੰ, ਬਹੁਤ ਅੱਛੇ ਜੀ, ਬਹੁਤ ਅੱਛੇ, ਕਿਆ ਬਾਤ ਹੈ ਪ੍ਰੋਫੈਸਰ ਸਾਹਿਬ, ਬਹੁਤ ਅੱਛੇ।
ਵਾਹ ਯਾਰ ਬਹੁਤ ਬਹੁਤ ਵਧੀਆ ਰਚਨਾ ਸੀ ਮੈਨੂੰ ਵੀ ਅੱਜ ਇੱਦਾਂ ਦੀ ਸੁਣਾਉਣੀ ਪੈਣੀ ਅੱਜ ਤੁਹਾਡੇ ਵਰਗੇ ਹੀ ਇੱਕ ਫਿਰ ਜਿਹੜੀ ਕਿ ਮੈਂ ਵੀ ਉਹਨਾਂ ਦਿਨਾਂ 'ਚ ਲਿਖੀ ਸੀ ਤੁਹਾਡੇ ਤੋਂ 5-7 ਸਾਲ ਪਹਿਲਾਂ ਲਿਖੀ ਸੀ ਮੈਂ 84 'ਚ ਲਿਖੀ ਸੀ ਉਹ ਮੈਂ ਵੀ ਫਿਰ ਅੱਜ ਉੱਦਾਂ ਦੀ ਸੁਣਾਉ ਇੱਕ ਵੇਟ ਕਰ ਲਈ ਉਹਨਾਂ ਨੂੰ ਕਿ ਉਹ ਵੀ ਆਉਣੇ ਵਾਲੀ ਆ 5-7 ਮਿੰਟ 'ਚ ਚੈੱਕ ਕਰ ਲੈਂਦੇ ਦੇਖ ਲੈਂਦੇ ਉਹਨਾਂ ਨੂੰ ਬਹੁਤ ਟੁਰ ਗਏ ਨੇ ਪੀੜਾ ਦੀ ਟੋਪਾਲ ਦੇ ਸੁਣ ਰਾਹਾਂ ਦਾ ਵਸਾਹੀ ਹੈ ਕੋਈ ਕੋਈ ਜੋ ਸਿਤਾਰੇ ਸਿਤੋੜਨ ਦੀ ਕਥਾ ਛੇੜ ਦੇ ਚਾਰ ਕਦਮਾਂ ਤੇ ਜਾ ਕੇ ਛਿਪਣ ਹੋ ਗਏ ਜੋ ਸਿਤਾਰੇ ਸਿਤੋੜਨ ਦੀ ਕਥਾ ਛੇੜ ਦੇ ਚਾਰ ਕਦਮਾਂ ਤੇ ਜਾ ਕੇ ਛਿਪਣ ਹੋ ਗਏ ਜਿਸ ਦੇ ਰਾਤੇ ਤੇ ਦਾਈਏ ਨੇ ਬਰਮੇ ਚ ਗਏ ਉਹ ਮਨੁੱਖਤਾ ਦਾ ਮਾਹੀ ਹੈ ਕੋਈ ਕੋਈ ਰਾਹ ਦਰਸ਼ਾਂ ਦੇ ਬਿਖੜੇ ਬੜੇ ਹੋ ਗਏ ਹਵਸ ਆਪਣੀ ਚ ਬੰਦੇ ਸਿਮਟ ਦੇ ਪਏ ਜਮਾਨ ਦੇ ਬੂਟੇ ਦੀ ਸਿੰਜਦਾ ਜਲ ਉਹ ਬੰਦਾ ਇਲਾਹੀ ਹੈ ਕੋਈ ਕੋਈ ਮੇਰੇ ਮਹਿਰਮ ਸੁਨੀਤ ਤੇ ਰਵੀ ਪਾਸ਼ ਨੇ ਮੇਰੇ ਮਹਿਰਮ ਸੁਨੀਤ ਤੇ ਰਵੀ ਪਾਸ਼ ਨੇ ਜੋ ਧਰਤੀ ਦੇ ਸੂਰ ਤੇ ਚੰਨ ਕਾਸ਼ ਨੇ ਉਹ ਨਾਰਾਂ ਮੇਰਾ ਸਲਾਮ ਕਹਿਣਾ ਜੀ ਨਾਰਾਂ ਦਾ ਸਿਪਾਹੀ ਹੈ ਕੋਈ ਕੋਈ ਜੀ ਨਾਰਾਂ ਦਾ ਸਿਪਾਹੀ ਹੈ ਕੋਈ ਕੋਈ ਬਹੁਤ ਅੱਛੇ ਬਹੁਤ ਅੱਛੇ ਵੈਰੀ ਗੁੱਡ ਵੈਰੀ ਨਾਈਸ ਬਹੁਤ ਅੱਛੇ ਹਾਂਜੀ ਬੰਗੀ ਸਾਹਿਬ ਤੁਸੀਂ ਸੁਣ ਰਹੇ ਹੋਣੇ ਮੇਰਾ ਖਿਆਲ ਤੁਸੀਂ ਵੀ ਹੁਣ ਆਨਲਾਈਨ ਆ ਜਾਓ ਬਠਿੰਡੇ ਵਾਲਿਆਂ ਨੂੰ ਮੈਂ ਕਹਿ ਰਿਹਾ ਮੈਂ ਕਿਹਾ ਤੁਸੀਂ ਵੀ ਸ਼ਾਮ ਹੋ ਗਿਆ ਹੁਣ ਟਾਈਮ ਤੇ ਹੋ ਗਿਆ 2-3 ਮਿੰਟ ਹੀ ਬਾਕੀ ਰਹਿ ਗਏ ਨੇ ਹਾਂਜੀ ਬਿਲਕੁਲ ਬਿਲਕੁਲ ਹੁਣ ਹੁਣ ਬਸ ਆਪਣਾ ਪ੍ਰੋਗਰਾਮ ਸ਼ੁਰੂ ਹੀ ਆ ਅਫੀਸ਼ੀਅਲ ਤੌਰ ਤੇ ਵੀ ਆਪਣਾ ਟਾਈਮ ਹੋ ਗਿਆ ਬਾਜਾਂ ਵਾਲਿਆ ਫਿਰ ਦੇਸ਼ ਨੂੰ ਪੈ ਗਈਆਂ ਲੋੜਾਂ ਸਾਹਾਂ ਚ ਰੇੜਾਂ ਪੈ ਗਈਆਂ ਦਿਲ ਦਿਲ ਨਾਲ ਕੀ ਕਿਨ ਜੋੜਾਂ ਆ ਜਾ ਗੁਰੂ ਬਾਜਾਂ ਵਾਲਿਆ ਪੰਜਾਬ ਵਿੱਚ ਕੀ ਹੋ ਰਿਹਾ ਹਰ ਪਾਸੇ ਛਾਇਆ ਹੈ ਹਨੇਰਾ ਪ
ਪੰਜਾਬ ਵਿੱਚ ਕੀ ਹੋ ਰਿਹਾ ਦਾਤਾ, ਹਰ ਪਾਸੇ ਛਾਇਆ ਹੈ ਹਨੇਰਾ, ਮਾਂ ਦੇ ਨੇ ਪੁੱਤ ਮਰ ਰਹੇ ਲਾਲ, ਰੰਗ ਨਾਲ ਕਿਰੇ ਆਚ ਫੇਰਾ, ਵੋ ਚਾਲ ਸੋਹਣੇ ਜੇ ਪੰਜਾਬ ਨੂੰ, ਬਚਾ ਲੈ ਸੋਹਣੇ ਜੇ ਪੰਜਾਬ ਨੂੰ, ਦੋਵੇਂ ਹੱਥ ਮੈਂ ਤੇਰੇ ਅੱਗੇ ਜੋੜਾਂ, ਗੁਰੂ ਬਚਾਇਆ ਫਿਰ ਦੇਸ਼ ਨੂੰ ਪੈ ਗਈਆਂ ਲੋੜਾਂ, ਸਾਂਝਾ ਚਿੱਤ ਰੇੜਾ ਪੈ ਗਈ ਦਿਲ, ਦਿਲ ਨਾਲ ਕੀ ਜੋੜਾਂ, ਗੁਰੂ ਬਾਜਾ ਵਾਲਿਆ। ਬਹੁਤ ਅੱਛੇ, ਵੈਰੀ ਗੁੱਡ, ਚੱਲ ਬਹੁਤ ਅੱਛੇ ਜੀ, ਵੈਰੀ ਗੁੱਡ, ਵੈਰੀ ਗੁੱਡ, ਥੈਂਕਸ, ਥੈਂਕ ਯੂ ਸਰ। ਸਮਾਂ ਮੈਂ ਕਹਿੰਦਾ ਬਹੁਤ ਥੋੜਾ ਜੀ, ਇਹਦੇ ਦਿਲ ਕਰਦਾ ਹੈ ਕਿ ਲੱਗੇ ਰਹੀਏ ਜੀ। ਨਹੀਂ ਨਹੀਂ, ਸਮਾਂ ਤੇ ਆਪਣਾ ਆਪਣੇ ਕੋਈ ਗੱਲ ਨਹੀਂ, ਹਜੇ ਸ਼ੁਰੂ ਹੀ ਹੋਇਆ, ਹਜੇ ਤਾਂ ਹੋਰ ਤੁਹਾਨੂੰ ਮੌਕਾ ਮਿਲੂਗਾ। ਤੁਸੀਂ ਤੇ ਸੈਟਰਡੇ ਵੀ ਸ਼ਾਮਿਲ ਹੋਇਆ ਕਰੋ ਤੇ ਫਰਾਈਡੇ ਵੀ ਹੋਇਆ ਕਰੋ, ਫਰਾਈਡੇ ਤਾਂ ਤੁਹਾਡੇ ਪ੍ਰੋਗਰਾਮ ਹੈ ਨਾ। ਹਾਂਜੀ ਪ੍ਰੋਫੈਸਰ ਸਾਹਿਬ ਕੁਝ ਹੋਰ? ਹਾਂਜੀ ਸੁਣਾਓ ਜੀ, ਸੁਣਾਓ, ਸ਼ੁਰੂ ਰੱਖੋ ਤੁਸੀਂ। ਆਪਣੇ ਬਠਿੰਡੇ ਵਾਲੇ ਸਾਥੀ ਅਜੇ ਨੀ ਆਏ, ਜਦ ਸ਼ਾਮਿਲ ਹੋਣਗੇ ਠੀਕ ਹੈ, ਤੁਸੀਂ ਸ਼ੁਰੂ ਰੱਖੋ। ਹਾਂਜੀ ਸੁਣਾਓ ਜੀ, ਪ੍ਰੋਫੈਸਰ ਸਾਹਿਬ ਗੀਤ ਸੁਣਾਉਣ ਲੱਗੇ ਜੀ। ਪਰਬਤਾਂ ਪਹਾੜੀਆਂ ਚੋਂ ਨੱਚ ਨੱਚ ਆਈ, ਹਾਂਜੀ ਬੰਗੀ ਸਾਹਿਬ ਵੈਲਕਮ, ਅਲਖ ਜਗਾਈ ਪਰਬਤਾਂ ਪਹਾੜੀਆਂ ਚੋਂ ਨੱਚ ਨੱਚ ਆਈ ਨੀ, ਜੋਗੀਆਂ ਦੇ ਦਰਾਂ ਉੱਤੇ ਅਲਖ ਜਗਾਈ ਨੀ, ਉਜੜੇ ਮਜ਼ਾਰਾਂ ਤੇ ਚਿਰਾਗ ਬਣ ਜਗੀਏ, ਨਦੀਏ ਨੀ ਨਦੀਏ, ਨਦੀਏ ਨੀ ਨਦੀਏ, ਨਦੀਏ ਨਦੀ ਨਦੀਏ। ਬਹੁਤ ਅੱਛੇ, ਕਿਆ ਬਾਤ ਹੈ ਪ੍ਰੋਫੈਸਰ ਸਾਹਿਬ। ਮਹਿਕ ਮੁਸਕਾਨ ਤੇਰੀ ਬਦਲਾਂ ਦੀ ਪੂਰਨੀ, ਧੋਈ ਜਾਵੇ ਸਾਮਿਆਂ ਨੇ ਪਾਏ ਜੋ ਨਸੂਰਨੀ, ਮਹਿਕ ਮੁਸਕਾਨ ਤੇਰੀ ਬਦਲਾਂ ਦੀ ਪੂਰਨੀ, ਧੋਈ ਜਾਵੇ ਸਾਮਿਆਂ ਨੇ ਪਾਏ ਜੋ ਨਸੂਰਨੀ, ਦੁੱਖਾਂ ਦੀ ਦੀਆਂ ਚੋਂ ਕੌਣ ਬਣ ਲੰਘੀਏ, ਸਜਰੀ ਜ਼ਮੀਨ ਨੀ ਪਲਕਾਂ ਚ ਗੁੰਦੇ ਹੋਏ ਸੁਪਨੇ ਰੰਗੀਨ ਨੀ, ਤੇਰੇ ਪੈਰਾਂ ਸਾਵੇਂ ਵਿਛੀ ਸਜਰੀ ਜ਼ਮੀਨ ਨੀ ਪਲਕਾਂ ਚ ਗੁੰਦੇ ਹੋਏ ਸੁਪਨੇ ਰੰਗੀਨ ਨੀ,
ਉਹ ਯਾਦਾਂ ਦੀਆਂ ਗੰਢਾਂ ਵਿੱਚ ਖੇੜਾ ਕੋਈ ਬੰਨੀ ਹੈ, ਨਦੀ ਏ ਨੀ ਨਦੀ ਏ, ਨਦੀ ਹੈ ਨੀ ਨਦੀ ਏ, ਨਦੀ ਏ ਨੀ ਨਦੀ ਏ, ਨਦੀ ਹੈ ਨੀ ਨਦੀ, ਨਦੀ ਏ ਨੀ ਨਦੀ ਏ। ਆਖਰੀ ਗੰਦ ਹੈ, ਹਾਂਜੀ, ਬੇੜੀਆਂ ਤੇ ਪਲਕਾਂ ਤੇ ਪਹਿਰਾਨੀ, ਪੁੰਨਿਆਂ ਦੀ ਰਾਤ ਨੂੰ ਹਨੇਰਾ ਕਿੰਨਾ ਗਹਿਰਾ। ਵੈਰੀ ਗੁੱਡ, ਵੈਰੀ ਗੁੱਡ। ਪੈਰਾਂ ਵਿੱਚ ਬੇੜੀਆਂ ਤੇ ਪਲਕਾਂ ਤੇ ਪਹਿਰਾਨੀ, ਪੁੰਨਿਆਂ ਦੀ ਰਾਤ ਨੂੰ ਹਨੇਰਾ ਕਿੰਨਾ ਗਹਿਰਾ। ਅੱਲਾ ਦੇ ਦੁਆਰ ਜਾ ਕੇ ਖੈਰ ਸੁੱਖ ਮੰਗੀਏ, ਨਦੀ ਏ ਨੀ ਨਦੀ ਏ, ਨਦੀ ਹੈ ਨੀ ਨਦੀ, ਨਦੀ ਏ ਨੀ ਨਦੀ ਏ, ਨਦੀ ਹੈ ਨੀ ਨਦੀ ਏ। ਚੱਲ ਖਾ ਕਿਨਾਰਿਆਂ ਤੋਂ ਪੂਰਾ ਹੋ ਕੇ ਵਗੀਏ, ਨਦੀ ਏ ਨੀ ਨਦੀ ਏ, ਆਪਣੇ ਬਠਿੰਡੇ ਵਾਲੇ ਸਾਥੀ ਸ਼ਾਮਿਲ ਹੋ ਗਏ ਨੀ ਜੀ ਮਹਿਫਲ ਦੇ ਵਿੱਚ, ਤੇ ਮੈਂ ਹੁਣ ਦੋਵਾਂ ਦਿਨਾਂ ਦੀ ਇੰਟਰੋਡਕਸ਼ਨ ਕਰਾ ਦਿਆਂ। ਪ੍ਰੋਫੈਸਰ ਸਾਹਿਬ ਇੱਧਰ, ਮੈਂ ਹੁਣ ਪ੍ਰੋਫੈਸਰ ਬੁੱਟਰ ਸਾਹਿਬ ਨਾਲ ਉਹਨਾਂ ਨੂੰ ਸੰਬੋਧਨ ਕਰਕੇ ਕਹਿ ਰਿਹਾ। ਪ੍ਰੋਫੈਸਰ ਬੁੱਟਰ ਸਾਹਿਬ ਇੱਧਰ ਕੈਲੀਫੋਰਨੀਆ ਤੋਂ ਪ੍ਰੋਫੈਸਰ ਸੁਹਿੰਦਰ ਵੀਰ ਸਾਡੇ ਨਾਲ ਸ਼ਾਮਿਲ ਹੋਏ ਨੇ ਅੱਜ, ਜਿਹੜੇ ਕਿ ਅੱਜ ਕੱਲ ਕੈਨੇਡਾ ਅਮਰੀਕਾ ਦੇ ਦੌਰੇ ਤੇ ਆਏ ਹੋਏ ਨੇ। ਹਾਂਜੀ, ਤੇ ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ ਨਾ? ਹਾਂਜੀ ਸਾਡੇ ਨਾਲ ਅੱਜ ਵੀ ਸਾਡੇ ਇਸ ਮਦਰਸੇ ਵਿੱਚ ਜੁੜੇ ਨੇ, ਔਰ ਬੜੀ ਭੁਗਤਗੀ ਦੇ ਨਾਲ ਸੰਜੀਵਨੀ ਦੇ ਨਾਲ ਸੰਜੀਦਾ ਕਿਸਮ ਦੀ ਰਚਨਾ ਤਰਨਮ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ। ਔਰ ਬੜਾ ਅਚਰਜ ਕੇ ਪੰਜਾਬੀ ਮਾਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜ਼ਹੀਨ ਕਿਸਮ ਦੇ ਵਿਅਕਤੀ ਹੈ ਜੋ ਇਸ ਦੇ ਮੁਤਾਬਿਕ ਇਸ ਦੇ ਨਾਲ। ਸੋ ਮੈਂ ਦੱਸਣਾ ਚਾਹਾਂਗਾ ਸਾਡੇ ਅੱਜ ਦੀ ਮਜਲਿਸ ਦੇ ਵਿੱਚ ਪੰਜਾਬੀ ਸਾਹਿਤ ਸਭਾ ਰਾਮ ਮੰਦਿਰ ਦੇ ਵਿੱਚ ਮੇਰੇ ਨਾਲ ਨੇ ਪ੍ਰਧਾਨ ਸਤਪਾਲ ਬੰਦੀ ਔਰ ਡਾਕਟਰ ਚਰਨਜੀਤ ਸਿੰਘ ਜੀ ਚੰਨਾ ਤੇ ਗੁਰਮੀਤ ਸਾਮੀ ਤੇ ਮੈਂ ਦਾਸ ਤਰਸੇਮ ਬੱਟਰ ਹਾਜ਼ਰ ਹਾਂ। ਤੇ ਸਕਰੀਨ ਤੇ ਦਰਸ਼ਕ ਤੁਸੀਂ ਦੇਖ ਰਹੇ ਹੋ, ਇੱਕ ਪਾਸੇ ਸੁਰਿੰਦਰ ਬੋਰ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ, ਔਰ ਨਾਲ ਨਾਲ ਦਰਵੀਰ ਭੋਗ ਆ ਜਿਹੜੇ ਗੀਤਕਾਰ ਨੇ, ਗਾਇਕ ਨੇ, ਫਿਲਮ ਨਿਰਦੇਸ਼ਕ ਨੇ, ਫਿਲਮਾਂ ਦੇ ਪ੍ਰੋਡਿਊਸਰ ਨੇ, ਇੱਕ ਗੌਰਮੈਂਟ ਦੀ ਸ਼ਖਸੀਅਤ, ਉਹ ਵੀ ਸਾਡੇ ਨਾਲ ਜੁੜਨਗੇ। ਔਰ ਅਮਰੀਕ ਸਿੰਘ ਜੀ ਤੰਗ ਜਿਹੜੇ ਚੀਫ ਪ੍ਰੋਡਿਊਸਰ ਨੇ ਪੰਜਾਬੀ ਮੰਚ ਅਮਰੀਕਾ ਦੇ, ਉਹ ਸਾਰੇ ਇਸ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਉਹ ਕਰ ਰਹੇ ਨੇ। ਤੇ ਮੈਂ ਕੰਗ ਸਿੰਘ ਤੋਂ ਅੱਗੇ ਚਾਹੂੰਗਾ ਇਸ ਤਿਆਰਤ ਕਰਾਉਣ ਤੋਂ ਬਾਅਦ ਕਿ ਰਾਮਾ ਮੰਡੀ ਤੋਂ ਜੋ ਸਾਡੇ ਨਾਲ ਇਸ ਬੁਨਿਆਦ ਜਗਤ ਦੇ ਨਾਲ ਜੁੜੇ ਹੋਏ ਸੱਜਣ ਬੈਠੇ ਨੇ ਉਹਨਾਂ ਤੋਂ ਮੈਂ ਕਹਿ ਰਿਹਾ ਗੁਰਮੀਤ ਸਵਾਮੀ, ਧੰਨਵਾਦ ਸਰ, ਗੁਰਮੀਤ ਸਵਾਮੀ ਆਪਣੀ ਕੋਈ ਗੀਤ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਦੇ ਨੇ ਸਵਾਮੀ। ਮੈਂ ਅੱਜ ਆਪਣਾ ਜੋ ਨਵਾਂ ਗੀਤ ਲੈ ਕੇ ਪੇਸ਼ ਹੋਇਆ ਹਾਂ, ਉਸ ਗੀਤ ਦੇ ਬੋਲ ਹਨ ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਪਹਿਲਾਂ ਦੱਸ ਬੰਦੀ ਤੂੰ ਨਿਭਾ ਨੀ ਸਕਦੀ, ਕਿਉਂ ਲਾਰੇ ਲਾਉਂਦੀ ਸੀ ਜੇ ਆ ਨੀ ਸਕਦੀ, ਚੁੱਪ ਕਰਕੇ ਪਾਸਾ ਬੱਤ ਕੇ ਲੰਘ ਜਾਵੇ ਕੋਈ, ਕਰਕੇ ਪਾਸਾ ਬੱਤ ਕੇ ਲੰਘ ਜਾਂਦੀ ਕਿਉਂ ਹੁਣ ਤੂੰ ਬੁਲਾਇਆ ਵੀ ਬੋਲੀ। ਪਹਿਲਾਂ ਜਾਣ ਤੋਂ ਪਿਆਰਾ ਕਹਿੰਦੀ ਸੀ, ਪਹਿਲਾਂ ਜਾਣ ਤੋਂ ਪਿਆਰਾ ਕਹਿੰਦੀ ਸੀ, ਪਰ ਹੁਣ ਜਾਣ ਦਾ ਦੁਸ਼ਮਣ ਦੱਸਦੀ ਏ, ਲੱਗਦਾ ਅੱਜ ਕੱਲ ਤੂੰ ਬੁਰੇ ਹਾਲ ਤੇ ਹੱਸਣੀ ਏ। ਜਿੰਦ ਮੇਰੀ ਰਹਿੰਦੀ ਤਾਰੇ ਵਾਂਗੂ ਬੋਲਦੀ, ਕਿਉਂ ਸੋਹਣੀਏ ਕਿਉਂ ਸੋਹਣੀਏ ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਹਰ ਰੋਜ਼ ਤੂੰ ਮੈਨੂੰ ਲਾਰੇ ਲਾਉਂਦੀ ਰਹਿੰਦੀ ਏ, ਹਰ ਰੋਜ਼ ਤੂੰ ਮੈਨੂੰ ਲਾਰੇ ਲਾਉਂਦੀ ਰਹਿੰਦੀ ਏ, ਕੀ ਮਿਲਦਾ ਤੈਨੂੰ ਕਿਉਂ ਤਰਫਾਉਂਦੀ ਰਹਿੰਦੀ ਏ, ਨਿੱਤ ਪਹੇਲੀਆਂ ਤੂੰ ਪਾਉਂਦੀ, ਦਿਲ ਵਾਲੀ ਭੁੰਦੀ ਕਿਉਂ ਨੀ ਖੋਲਦੀ,
ਕਿਉਂ ਸੋਹਣੀ ਹੈ, ਕਿਉਂ ਸੋਹਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ, ਤੇਰੇ ਲਾਰਿਆਂ ਤੋਂ ਹੁਣ ਅੱਕ ਜਾਣਾ, ਤੇਰੇ ਲਾਰਿਆਂ ਤੋਂ ਹੁਣ ਅੱਕ ਜਾਣਾ, ਹਰ ਪਲ ਯਾਦ ਕਰਕੇ ਤੈਨੂੰ ਥੱਕ ਗਿਆ ਮੈਂ, ਮੇਰੇ ਅਰਮਾਨਾਂ ਨੂੰ ਤੂੰ ਰਹਿੰਦੀ, ਮੇਰੇ ਅਰਮਾਨਾਂ ਨੂੰ ਤੂੰ ਰਹਿੰਦੀ, ਮਿੱਟੀ ਵਿੱਚ ਰੋਲਦੀ, ਕਿਉਂ ਸੋਹਣੀਏ, ਕਿਉਂ ਸੋਹਣੀਏ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ, ਤੇਰੀਆਂ ਯਾਦਾਂ ਦੇ ਸਹਾਰੇ, ਤੇਰੀਆਂ ਯਾਦਾਂ ਦੇ ਸਹਾਰੇ ਮੈਂ ਦਿਨ ਕੱਟਣ ਲਈ ਮਜਬੂਰ ਹੋ ਗਿਆ, ਜਿੰਨਾ ਮੇਰੇ ਆਉਣਾ ਲੱਗੇ ਉਹਨਾਂ ਵੀ ਤੇਰੋਂ ਦੂਰ ਹੋ ਗਿਆ, ਸਜ਼ਾ ਮਿਲੀ ਸਵਾਮੀ ਨੂੰ, ਸਜ਼ਾ ਮਿਲੀ ਸਵਾਮੀ ਨੂੰ, ਦਿਲ ਤੇਰੇ ਨਾਲ ਲਾਉਣ ਦੀ, ਕਿਉਂ ਸੋਹਣੀਏ, ਕਿਉਂ ਸੋਹਣੀਏ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ, ਦੱਸ ਸੋਹਣੀਏ, ਹੁਣ ਤੂੰ ਬੁਲਾਇਆ ਕਿਉਂ ਨਹੀਂ ਬੋਲਦੀ, ਧੰਨਵਾਦ। ਆਪਣੀ ਇੱਕ ਰਚਨਾ ਗੁਰਮੀਤ ਸਵਾਮੀ ਨੇ ਸਾਡੇ ਨਾਲ ਸੁਣ ਕੀਤੀ ਹੈ, ਪਰ ਗੁਰਮੀਤ ਸਵਾਮੀ ਨੇ ਲਿਖਿਆ ਕਿ ਕਿਉਂ ਸੋਹਣੀ ਹੈ, ਹੁਣ ਬੁਲਾਇਆ ਵੀ ਨਹੀਂ ਬੋਲਦੀ, ਕੋਈ ਸ਼ਾਇਰ ਕਹਿੰਦਾ ਹੈ ਤੇਰਾ ਮੇਰਾ ਰਿਸ਼ਤਾ ਕੀ ਹੈ, ਇਹਨਾਂ ਤਾਂ ਸਮਝਾ ਜਾਂਦਾ ਤੂੰ, ਤੇਰਾ ਮੇਰਾ ਰਿਸ਼ਤਾ ਕੀ ਹੈ, ਇਹਨਾਂ ਤਾਂ ਸਮਝਾ ਜਾਂਦਾ ਤੂੰ, ਬੇਸ਼ੱਕ ਸਾਡੇ ਘਰ ਨਾ ਵੜਦਾ ਕੁੰਡਾ ਹੀ ਖੜਕਾ ਜਾਂਦਾ ਤੂੰ, ਸੋ ਇਸ ਤਰ੍ਹਾਂ ਦਾ ਇੱਕ ਗਿਲਾ ਨਹੋਰਾ ਆਪਣੇ ਸਿੱਖਾਂ ਦੇ ਨਾਲ ਸਾਂਝਾ ਕਰਦੇ ਨਜ਼ਰ ਆਏ ਗੁਰਮੀਤ ਸਵਾਮੀ। ਸੋ ਇਸ ਤੋਂ ਬਾਅਦ ਡਾਕਟਰ ਚਰਨਜੀਤ ਸਿੰਘ ਜੀ ਚੰਨ, ਡਾਕਟਰ ਆਪਣਾ ਗੀਤ ਜੋ ਪ੍ਰੋਗਰਾਮ ਦਰਸ਼ਕਾਂ ਦੇ ਨਾਲ ਸਾਂਝਾ ਕਰਨੇ ਲਈ ਉਤਾਵਲ ਗਏ ਨੇ ਡਾਕਟਰ ਚਰਨਜੀਤ ਸਿੰਘ। ਮੁਦਤ ਹੈ ਵਿਛੜੇ ਸੂਰਤ ਲੈਣੀ, ਕੀ ਮੈਂ ਗਾਣਾ ਗੀਤ ਸੱਜਣ ਦੇ, ਤਰਕ ਚੇਤ ਸੱਜਣਾ ਅੱਖੀਓ ਫਰੂ ਆ ਜਾਂਦੇ, ਉਹ ਕਿੱਥੇ ਵਸਦੀ ਹੋਵੇ ਸੋਚਾਂ ਦੇ ਵਿੱਚ ਪਾ ਜਾਂਦੇ, ਉਹ ਕਿੱਥੇ ਵਸਦੀ ਹੋਵੇਗੀ ਸੋਚਾਂ ਦੇ ਵਿੱਚ ਪਾ ਜਾਂਦੇ, ਦਿਲ ਚ ਨਿਕਲੇ ਰੂਕ ਮੇਰੇ, ਦਿਲ ਚ ਨਿਕਲੇ ਰੂਕ ਮੇਰੇ, ਸਿਰ ਪੁੱਟ ਦੇ ਲੜੂ ਵਿਚਾਰਾਂ ਦੀ, ਮੁੱਦਤ ਹੈ ਵੀ ਵਿਛੜੇ ਨੂੰ ਪਹੁੰਚੀ ਸੂਰਤ ਯਾਰਾਂ ਦੀ, ਮੁੱਦਤ ਹੈ ਵੀ ਵਿਛੜੇ ਨੂੰ ਪਹੁੰਚੀ ਸੂਰਤ ਯਾਰਾਂ ਦੀ, ਉਹ ਹੱਸ ਹੱਸ ਕੇ ਪਾਉਂਦੀ ਸੀ ਮੇਰੇ ਗਲ ਬਾਵਾਂ ਦੇ ਆਖਰੇ, ਵੱਖ ਪਹਿਲਾਵਾਂ ਦੇ ਵਿੱਚੋਂ ਮੇਰੀ ਕੋਈ ਬਤਾਲਾ ਪਿਆਰ ਕਵੇ, ਵੱਖ ਪਹਿਲਾਵਾਂ ਦੇ ਵਿੱਚੋਂ ਮੇਰੀ ਕੋਈ ਬਤਾਲਾ ਪਿਆਰ ਕਵੇ, ਮੇਰੇ ਵੀ ਚੰਗਿਆ ਬਣ ਚੱਲਿਆ, ਮੇਰੇ ਵੀ ਚੰਗਿਆ ਬਣ ਚੱਲਿਆ, ਇਸ਼ਕ ਸੋਧ ਤਲਦਾ ਰਹਿੰਦੀ ਮੁੱਦਤ ਜਿਸ ਬਲ ਤੋਂ ਡਰਦੇ ਸੀ, ਉਹੀ ਖੇਡ ਖੇਡ ਮੁਕਦਰਾਂ ਨੇ ਜਿਸ ਬਲ ਤੋਂ ਡਰਦੇ ਸੀ, ਉਹ ਬਾਬੂ ਰਹਾ ਮੈਂ ਬੈਠਾ, ਉਹ ਬਾਬੂ ਰਹਾ ਮੈਂ ਬੈਠਾ, ਕੁੰਜ ਪਰਵਾਹ ਦਰਦ ਹਜ਼ਾਰਾਂ ਦੀ, ਮੁੱਦਤ ਹੈ ਜੀ ਵਿਛੜੇ ਨੂੰ ਪਹਿਲੀ ਸੂਰਤ ਯਾਰਾਂ ਦੀ, ਮੁੱਦਤ ਹੈ ਜੀ ਵਿਛੜੇ ਨੂੰ ਪਹਿਲੀ ਸੂਰਤ ਯਾਰਾਂ ਦੀ, ਚੰਦਰਾ ਦਰਦ ਵਿਛੜੇ ਦਾ ਕੋਈ ਦਰਦ ਸੁਣਾਉਣਾ ਪੈਂਦਾ ਏ, ਚੰਦਰਾ ਦਰਦ ਵਿਛੜੇ ਦਾ ਕੋਈ ਦਰਦ ਸੁਣਾਉਣਾ ਪੈਂਦਾ ਏ, ਵੀ ਚੰਦਰਾ ਨਹੀਂ ਮੈਂ ਲੱਖ ਸਮਝਾਉਣਾ ਪੈਂਦਾ ਏ, ਦਿਲ ਚੰਗਰਾ ਨਹੀਂ ਮੰਗਦਾ ਲੱਖ ਸਮਝਾਉਣਾ ਪੈਂਦਾ ਏ, ਤੂੰ ਕੱਖ ਸੀ ਚੰਗੀਆਂ ਗਲੀਆਂ ਦਾ, ਤੂੰ ਕੱਖ ਸੀ ਚੰਗੀਆਂ ਗਲੀਆਂ ਦਾ, ਉਹ ਕੜੀ ਬਹਾਰਾਂ ਦੀ, ਮੁੱਦਤ ਹੈ ਵੀ ਵਿਛੜੇ ਨੂੰ ਇਹ ਵੀ ਸੂਰਤ ਯਾਰਾਂ ਦੀ, ਮੁੱਦਤ ਹੈ ਵੀ ਵਿਛੜੇ ਨੂੰ ਇਹ ਵੀ ਸੂਰਤ ਯਾਰਾਂ ਦੀ, ਮਿਹਰਬਾਨ ਸਾਹਿਬ ਸਾਡੇ ਰਾਮਾ ਮੰਡੀ ਸਾਹਿਤ ਸਭਾ ਦੇ ਪ੍ਰਧਾਨ ਸਤਪਾਲ ਬੰਗੀ
ਆਪਣੇ ਗੀਤ ਸਾਡੇ ਨਾਲ ਸਾਂਝਾ ਕਰਨਗੇ। ਸੌ ਸੌ ਵਾਅਦੇ ਕਰਨ ਵਾਲੀਏ, ਸਾਡੇ ਉੱਤੇ ਮਰਨ ਵਾਲੀਏ, ਖਿਆਲਾਂ ਚੋਂ ਤੂੰ ਲੱਭਦੇ ਮੈਨੂੰ ਹੋ ਗਈ ਇਹ ਪ੍ਰਭਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਯਾਦ। ਤੁਸੀਂ ਦੱਸਦੀ ਕਿ ਸਤਪਾਲ ਬੰਗੀ ਜਿਹੜੇ ਗੀਤ ਸਾਡੇ ਨਾਲ ਸਾਂਝਾ ਕਰਨ ਜਾ ਰਹੇ ਨੇ, ਔਰ ਕੁਛ ਸਮੇਂ ਪਹਿਲਾਂ ਇਹਨਾਂ ਨੇ ਆਪਣੀ ਸੁੰਦਰ ਆਪਣੀ ਪਿਆਰੀ ਆਵਾਜ਼ ਦੇ ਵਿੱਚ ਸੋਹਣੇ ਸੰਗੀਤ ਦੇ ਨਾਲ ਅੱਛਾ ਵੀਡੀਓ ਬਣਾ ਕੇ ਉਸਨੂੰ ਯੂਟਿਊਬ ਤੇ ਵੀ ਅਪਲੋਡ ਕੀਤਾ ਸੀ। ਔਰ ਯੂਟਿਊਬ ਦੇ ਨਾਲ ਜੁੜੇ ਹੋਏ ਜਿਹੜੇ ਪੰਜਾਬੀ ਜਗਤ ਨੇ ਇਹਨਾਂ ਨੂੰ ਕਾਫੀ ਹੁੰਗਾਰਾ ਦਿੱਤਾ ਸੀ ਉਹਨਾਂ ਦੀ ਰਚਨਾ ਨੂੰ। ਸੋ ਰੱਬ ਆਪਣਾ ਗੀਤ ਲੈ ਕੇ ਹਾਜ਼ਰ ਨੇ ਸਤਪਾਲ ਬਣੇ। ਹਾਂਜੀ ਬੰਗੀ ਸਾਹਿਬ, ਬਹੁਤ ਖੁਸ਼ੀ ਹੋਈ ਕਿ ਸਾਡੇ ਨਾਲ ਭਰਵਾਲ ਸਾਹਿਬ ਸੁਨਿੰਦਰ ਸਾਹਿਬ ਜੀ ਸਾਡੇ ਨਾਲ ਜੁੜੇ ਆ ਤੇ ਸਾਨੂੰ ਸੀਨੀਅਰ ਸ਼ਖਸੀਅਤਾਂ ਦੇ ਦਰਸ਼ਨ ਹੋਏ ਆ। ਅਸੀਂ ਇਹਨਾਂ ਦਾ ਦਿਲੋਂ ਥੈਂਕਸ ਕਰਦੇ ਹਾਂ। ਔਰ ਮੇਰਾ ਗੀਤ ਹੈ ਜੀ ਰੱਬ, ਸੋ ਪੇਸ਼ ਕਰ ਲਵੋ। ਜੀ ਕਰਦਾ ਤੇਰੇ ਨੈਣਾ ਦਾ ਇੱਕ ਸੁਪਨਾ ਬਣ ਕੇ ਟੁੱਟ ਜਾਵਾ। ਜੀ ਕਰਦਾ ਤੇਰੇ ਨੈਣਾ ਦਾ ਇੱਕ ਸੁਪਨਾ ਬਣ ਕੇ ਟੁੱਟ ਜਾਵਾ, ਤੇਰੀ ਪਾਕਾਂ ਦੀ ਦਹਿਲੀਜ਼ ਉੱਤੇ ਇੱਕ ਅੱਥਰੂ ਬਣ ਕੇ ਸੁੱਕ ਜਾਵਾ। ਮੈਂ ਰਸਤਾ ਬਣਾ ਤੇਰੀ ਮੰਜ਼ਿਲ ਦਾ, ਤੈਨੂੰ ਮੰਜ਼ਿਲ ਮਿਲੀ ਤੇ ਮੈਂ ਮੁੱਕ ਜਾਵਾ, ਤੈਨੂੰ ਮੰਜ਼ਿਲ ਮਿਲੀ ਤੇ ਮੈਂ ਮੁੱਕ ਜਾਵਾ। ਸੋ ਸੋ ਵਾਦੇ ਕਰਨ ਵਾਲੀਏ, ਸਾਡੇ ਉੱਤੇ ਮਰਨ ਵਾਲੀਏ, ਸੋ ਸੋ ਵਾਦੇ ਕਰਨ ਵਾਲੀਏ, ਸਾਡੇ ਉੱਤੇ ਮਰਨ ਵਾਲੀਏ। ਤੈਨੂੰ ਲੱਭਦਿਆਂ ਨੂੰ ਮੈਨੂੰ ਹੋ ਜਾਂਦੀ ਪੁਰਬਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ। ਇਕਰਾਰ ਦੀਆਂ ਜ਼ਹਾਰ ਦੀਆਂ ਜਦ ਗੱਲਾਂ ਚੇਤੇ ਕਰਦਾ ਹੈ, ਨਾਲੇ ਕੱਲਾ ਬਹਿ ਕੇ ਰੋਂਦਾ ਹੈ, ਕੋਈ ਵੇਖ ਲਵੇ ਨਾ ਡਰਦਾ ਹੈ। ਤੂੰ ਮਿਹਰਮ ਬਣਦੇ ਦਰਦ ਬਣੀ, ਮਿਹਰਮ ਬਣਦੇ ਦਰਦ ਬਣੀ, ਪਾ ਗਈ ਸਬਰਾਂ ਨੂੰ ਮਾਰ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ। ਰਾਤਾਂ ਦੇ ਤਾਰੇ ਗਿਣਦਾ ਹੈ ਤੇਰੀ ਯਾਦ ਚ ਮੈਂ ਇੱਕ ਇੱਕ ਕਰਕੇ, ਮੇਰੇ ਵਾਂਗੂ ਇਹ ਵੀ ਕੱਲੇ ਨੇ ਦੱਸਦੇ ਨੇ ਹੋ ਕੇ ਪਰ ਪਰ ਕੇ, ਮੇਰੇ ਵਾਂਗੂ ਇਹ ਵੀ ਕੱਲੇ ਨੇ ਦੱਸਦੇ ਨੇ ਹੋ ਕੇ ਪਰ ਪਰ ਕੇ। ਮੈਨੂੰ ਵੇਖ ਕੇ ਰਾਤ ਬੁਰੇ ਪਈ ਸੀ, ਵੇਖ ਕੇ ਰਾਤ ਬੁਰੇ ਪਈ ਸੀ, ਮਾਰੇ ਰਹਿੰਦੀ ਸੀ ਤੈਨਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ। ਜਦ ਲੱਗੀਆਂ ਸੀ ਨੀਨਾ ਤੇਰੇ ਅੱਖੀਆਂ ਚੋ ਨੀਂਦਰ ਖੋ ਗਈ ਸੀ, ਮੈਂ ਸਤਪਾਲ ਨੂੰ ਭੁੱਲਣੀ ਨੀ ਤੂੰ ਇੰਨਾ ਨੇੜੇ ਹੋ ਗਈ ਸੀ। ਜਦ ਲੱਗੀਆਂ ਸੀ ਨੀਨਾ ਤੇਰੇ ਅੱਖੀਆਂ ਚੋ ਨੀਂਦਰ ਖੋ ਗਈ ਸੀ, ਮੈਂ ਸਤਪਾਲ ਨੂੰ ਭੁੱਲਣੀ ਤੂੰ ਨੀ ਇੰਨਾ ਨੇੜੇ ਹੋ ਗਈ ਸੀ। ਕਿਉਂ ਖੁਸ਼ੀਆਂ ਲੈ ਕੇ ਗਲ ਪਾ ਗਈ, ਖੁਸ਼ੀਆਂ ਲੈ ਕੇ ਗਲ ਪਾ ਗਈ, ਮੇਰੇ ਹੰਝੂਆਂ ਦੀ ਸੌਗਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ, ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ। ਬਹੁਤ ਅੱਛੇ, ਬਹੁਤ ਅੱਛੇ, ਵੈਰੀ ਨਾਈਸ। ਰਵਾਲ ਸਾਹਿਬ ਤੁਹਾਡੇ ਸਾਥੀ ਆ ਗਿਆ ਕਿ ਨਹੀਂ? ਹਜੇ ਅਜੇ ਇਕੱਲੇ ਬੈਠੇ ਆ। ਸਤਪਾਲ ਬੰਗੀ ਨੇ ਦਰਦ ਭਰੀ ਆਵਾਜ਼ ਦੇ ਵਿੱਚ ਗੀਤ ਸਾਡੇ ਨਾਲ ਸਾਂਝਾ ਕੀਤਾ। ਰੱਬ ਵਾਂਗੂ ਤੈਨੂੰ ਬੇਦਰਦੇ ਪੂਜੀ ਦਾ ਸਾਰੀ ਰਾਤ। ਸੋ ਪੰਜਾਬੀ ਮੰਚ ਦੇ ਨਾਲ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਜੁੜੇ ਹੋਏ ਸ਼ਖਸੀਅਤ ਨੇ ਸਤਪਾਲ ਬੰਗੀ, ਜੋ ਸਾਡੇ ਨਾਲ ਅੱਜ ਪਹਿਲੇ ਦਿਨ ਜੁੜੇ ਨੇ, ਵੱਖ ਵੱਖ ਮੁਲਕਾਂ ਦੇ ਵਿੱਚ ਬੈਠੇ ਹੋਏ ਦਰਸ਼ਕ। ਅਸੀਂ ਉਹਨਾਂ ਨੂੰ ਜਾਣਕਾਰੀ ਵੀ ਦੱਸਣਾ ਚਾਹੁੰਦੇ ਹਾਂ ਕਿ ਸਤਪਾਲ ਬੰਗੀ ਪੰਜਾਬੀ ਸਿਹਤ ਸੇਵਾ ਰਾਮੇ ਮੰਡੀ ਦੇ ਵਿੱਚ ਬਤੌਰ ਪ੍ਰਧਾਨ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਪੰਜਾਬੀ ਮੰਚ ਦੇ ਵੱਲੋਂ ਸਾਂਝੀ ਹੀ ਇੱਕ ਅਹਿਮ ਜ਼ਿੰਮੇਵਾਰੀ, ਸਿੰਗਿੰਗ ਜਾਂ ਵੀਡੀਓ ਕੰਪੀਟੀਸ਼ਨ ਦੇ ਮਾਮਲਿਆਂ ਦੇ ਵਿੱਚ ਵੀ ਸਤਪਾਲ ਬੰਗੀ ਪੰਜਾਬ ਪ੍ਰਤੀਨਿਧ ਹੋਣ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ।
ਔਰ ਦੂਸਰਾ ਜਿਹੜਾ ਸਿੰਗਿੰਗ ਕੰਪੀਟੀਸ਼ਨ ਹੈ ਅਮਰੀਕ ਸਿੰਘ ਕੰਦ ਦੇ ਯੋਗ ਦਿਸ਼ਾ ਨਿਰਦੇਸ਼ਨ ਦੇ ਵਿੱਚ ਤੇ ਸੱਤ ਪਾਰ ਬੰਗੀ ਦੀ ਜਿਹੜੀ ਯੋਗ ਅਗਵਾਈ ਦੇ ਵਿੱਚ ਅਸੀਂ ਆਯੋਜਿਤ ਕੀਤਾ ਗਿਆ ਸੀ ਔਰ ਪਿਛਲੇ ਐਤਵਾਰ ਉਸਦਾ ਅਸੀਂ ਇੱਕ ਸਭਿਅਤਾ ਪੂਰਵਕ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਸੀ ਔਰ ਉਸ ਇਨਾਮ ਵੰਡ ਸਮਾਰੋਹ ਦੀਆਂ ਜਿਹੜੀਆਂ ਖ਼ਬਰਾਂ ਨੇ ਉਹ ਕੱਲ੍ਹ ਤੁਸੀਂ ਪੰਜਾਬੀ ਅਜੀਤ ਅਖ਼ਬਾਰ ਦੇ ਵਿੱਚ ਦੇਖੀਆਂ ਹੋਣਗੀਆਂ ਔਰ ਉਸ ਅਖ਼ਬਾਰ ਦੇ ਵਿੱਚ ਉਸ ਖ਼ਬਰ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਹੋਇਆ ਸੀ ਸਤਨਾਮ ਮੰਦੀ ਦਾ ਸਤਨਾਮ ਮੰਦੀ ਜਿਨ੍ਹਾਂ ਨੇ ਦੂਜੇ ਪੰਜਾਬੀ ਗਾਇਕੀ ਮੁਕਾਬਲੇ ਦੇ ਵਿੱਚੋਂ ਇੱਕ ਕਰੜੇ ਮੁਕਾਬਲੇ ਦੇ ਵਿੱਚੋਂ ਅਮਰੀਕ ਸਿੰਘ ਕੰਦ ਜੀ ਦਾ ਗਾਇਆ ਹੋਇਆ ਨਿਰਧਾਰਿਤ ਗੀਤ ਗਾ ਕੇ ਇਸ ਸੁਰਾਂ ਦੇ ਬਾਦਸ਼ਾਹ ਨੇ ਦੂਸਰਾ ਜਿਹੜਾ ਸਥਾਨ ਹਾਸਲ ਕੀਤਾ ਸੀ ਸਾਨੂੰ ਮਾਣ ਹੈ ਸਤਨਾਮ ਮੰਦੀ ਸੋਹਣੇ ਲਿਖਦੇ ਨੇ ਗਾਉਂਦੇ ਨੇ ਸੋ ਮਾਈਕ ਮੈਂ ਜਿਹੜਾ ਹੈਂਡਓਵਰ ਕਰਨ ਜਾ ਰਿਹਾ ਹਾਂ ਉੱਭਰਦੇ ਹੋਏ ਸੰਜੀਦਾ ਸਤਨਾਮ ਮੱਲੀ ਦੇ ਹਵਾਲੇ ਆਪਣੀ ਰਚਨਾ ਪੰਜਾਬੀ ਮੰਚ ਦੇ ਨਾਲ ਸਾਂਝੀ ਕਰਨ। ਹਾਂਜੀ ਮੱਲੀ ਸਾਹਿਬ ਸਤਿ ਸ੍ਰੀ ਅਕਾਲ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੇਰਾ ਗੀਤ ਹੈ ਕਿਵੇਂ ਹੋ ਜੂਗਾ ਗੱਭਰੂ ਜਵਾਨ ਮਿੱਤਰੋ ਹੋ ਜੁੱਦ ਤੇ ਗਿਟਾਰ ਪੀਣਾ ਦੱਸੋ ਕੀ ਉਹਨਾਂ ਦਾ ਜੀਣਾ ਦੁੱਧ ਪੈ ਗਿਟਾਰ ਪੀਣਾ ਦੱਸੋ ਕੀ ਉਹਨਾਂ ਦਾ ਜੀਣਾ ਕਿੱਥੋਂ ਬਣ ਜੂਗਾ ਦਾਰਾ ਸਿੰਘ ਜਾਂ ਪਹਿਲਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਅੱਜ ਕੱਲ ਪੀਜੇ ਬਰਗਰ ਖਾਂਦੇ ਨਾ ਦੁੱਧ ਲੱਸੀ ਹਾਜ਼ਮੇ ਆਉਂਦੇ ਅੱਜ ਕੱਲ ਪੀਜਾ ਬਰਗਰ ਖਾਣ ਅਸਲੀ ਦੁੱਧ ਕਿੱਥੋਂ ਹਾਜ਼ਮੇ ਆਉਣਾ ਅਜੇ ਵੀ ਕਹਿੰਦੇ ਫਿਰਦੇ ਅਜੇ ਵੀ ਕਹਿੰਦੇ ਫਿਰਦੇ ਅਸੀਂ ਬੜੇ ਹਾਂ ਬਲਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਕਾਕੇ ਪੈਰੀ ਸ਼ਕੀਨੀ ਲਾਉਂਦੇ ਕਾਰਜ ਬਣ ਤਾਂ ਕੀਤੋ ਆਉਂਦੇ ਕਾਕੇ ਪੈਰੀ ਸ਼ਕੀਨੀ ਲਾਉਂਦੇ ਕਾਰਜ ਬਣ ਤਾਂ ਕੀਤੋ ਆਉਂਦੇ ਜਿਹੜੇ ਕਦੇ ਨੇ ਚਿਰਾਉਂਦੇ ਜਿਹੜੇ ਕਦੇ ਨੇ ਚਿਰਾਉਂਦੇ ਕਿੱਥੋਂ ਬਣ ਜਾਣਾ ਵਿਦਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਉਹ ਦੱਸਣਾ ਹੋਰ ਤੇ ਕੁੱਝ ਹੈ ਕਰਨਾ ਇਹਦਾ ਵੀ ਹੋਰ ਜਾਣਾ ਤੂੰ ਕਰਨਾ ਉਹ ਦੱਸਣਾ ਹੋਰ ਤੇ ਕੁੱਝ ਹੋਰ ਕਰਨਾ ਇਹਦਾ ਵੀ ਪਊ ਹੋਰ ਜਾਣਾ ਕਰਨਾ ਉਸੇ ਉੱਤੇ ਕਾਵਾ ਕਰਨਾ ਉਸੇ ਉੱਤੇ ਕਾਵਾ ਕਰਨਾ ਹੈ ਇਤਬਾਰ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਉਹ ਲਿਖ ਕੇ ਚਾਰ ਕਲਾਈਆਂ ਕਹਿੰਦੇ ਵੱਡੇ ਗੀਤਕਾਰ ਬਣ ਬਹਿੰਦੇ ਉਹ ਲਿਖ ਕੇ ਚਾਰ ਕਲਾਈਆਂ ਕਹਿੰਦੇ ਵੱਡੇ ਗੀਤਕਾਰ ਬਣ ਬਹਿੰਦੇ ਮੱਲੀ ਜੇ ਫੁਲਕਾਰ ਵੀ ਇੱਥੇ ਮੱਲੀ ਜੇ ਫੁਲਕਾਰ ਵੀ ਇੱਥੇ ਵੱਧ ਫਿਰਦੇ ਰਹਿੰਦੇ ਉਹ ਕੀ ਕਰਨੀ ਹੈ ਉਹਨੇ ਵੀ ਕੀ ਉਸ ਦੇ ਕਹਿੰਦੇ ਕੀ ਰਗਾਣ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜੂਗਾ ਜਵਾਨ ਮਿੱਤਰੋ ਦੱਸੋ ਕਿਵੇਂ ਹੋ ਜਾਣਗੇ ਜਵਾਨ ਮਿੱਤਰੋ ਸਤਨਾਮ ਮੱਲੀ ਜੀ ਨੇ ਬਹੁਤ ਹੀ ਜਾਣੀ ਕਿ ਆਪਣੀ ਮਿੱਠੀ ਆਵਾਜ਼ ਦੇ ਵਿੱਚ ਇੱਕ ਨੌਜਵਾਨਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਤੇ ਇੱਕ ਤਾਨਾ ਵੀ ਮਾਰਿਆ ਤੇ ਚਲੋ ਕੁਛ ਨਾ ਕੁਛ ਖੁਰਾਕਾਂ ਦੇ ਵਿੱਚ ਕਮੀ ਜ਼ਰੂਰ ਆਈ ਹੈ ਪਰ ਇਹਨਾਂ ਦੀ ਇੰਝ ਲੱਗਦਾ ਵੀ ਚਲੋ ਨਸ਼ਿਆਂ ਵੱਲ ਇਹਨਾਂ ਦਾ ਮੇਨ ਜਿਹੜਾ ਨਿਸ਼ਾਨਾ ਸੀਗਾ ਉਹਨਾਂ ਤੋਂ ਬਚਣਾ ਚਾਹੀਦਾ ਔਰ ਮੈਂ ਜਿਹੜਾ ਮੈਕ ਹੁਣ ਹੈਂਡਓਵਰ ਕਰਨ ਜਾ ਰਿਹਾ ਤਰਸਿਮ ਸਿੰਘ ਬਿੱਟਰ ਜੀ ਜੋ ਕਿ ਬਹੁਤ ਹੀ ਵਧੀਆ ਲਿਖਦੇ ਨੇ ਹੁਣ ਮੈਂ ਇਹਨਾਂ ਨੂੰ ਕਈ ਵਾਰ ਕਹਿੰਦਾ ਉਹ ਨਾਲ ਨਾਲ ਗਾਉਣ ਦਾ ਸ਼ੌਂਕ ਵੀ ਜਾਣੀ ਕਿ ਹੁਣ ਸ਼ੁਰੂ ਤੋਂ ਉਤਾਰ ਹੀ ਰਹੇ ਆ ਤੇ ਤਰਸਿਮ ਸਿੰਘ ਬਿੱਟਰ ਜੀ ਵੀ ਆਪਣੀ ਵਧੀਆ ਜੀ ਰਚਨਾ ਸਾਡੇ ਨਾਲ ਸਾਂਝੀ ਕਰਨਗੇ ਬਿੱਟਰ ਸਾਹਿਬ ਬਦਲ ਗਿਆ ਪਰ ਫਿਰ ਵੀ ਜਿਹੜੇ ਹਾਲਾਤ ਆ ਜਿਉਂ ਦੇ ਤਿਉਂ ਬਣਾ ਹੋਏ ਨੇ ਸੋ ਗੀਤ ਹੈ ਪਾਕਿਸਤਾਨ ਦੇ ਮੁਖਾਲਿਫ ਹੋ ਕੇ ਲਿਖਿਆ ਭਾਰਤ ਕਹਿੰਦਾ ਪਾਕਿਸਤਾਨ ਨੂੰ ਬਣ ਗਏ ਅਸੀਂ ਹੈਵਾਨ ਬਰਾਬਰ ਪੱਥਰ ਦਿਲ ਇਨਸਾਨ ਬਰਾਬਰ ਬਣ ਗਏ ਅਸੀਂ ਹੈਵਾਨ ਬਰਾਬਰ ਪੱਥਰ ਦਿਲ ਇਨਸਾਨ ਬਰਾਬਰ ਰੰਜਿਸ਼ ਦੇ ਵਿੱਚ ਸੜ ਸੜ ਕੇ ਕਈ ਜਿਗਰ ਦੇ ਟੋਟੇ ਗਵਾਲੇ ਨੇ ਇੱਕ ਟੋਟੇ ਖਾਤਰ ਲੜ ਲੜ ਕੇ ਕਸ਼ਮੀਰ ਦੀ ਖਾਤਰ ਲੜ ਲੜ ਕੇ ਕਸ਼ਮੀਰ ਦੀ ਖਾਤਰ ਲੜ ਲੜ ਕੇ ਕੇਵਲ ਲੂਜ਼ ਹੈ ਤੁਹਾਡੀ ਕੁਝ ਇਧਰੋਂ ਉੱਠਦੇ ਜਾਂਦੇ ਨੇ
ਕੁਝ ਇੱਧਰ ਉੱਡਦਿਆਂ ਆਉਂਦੇ ਨੇ, ਕੁਝ ਇੱਧਰੋਂ ਉੱਡਦਿਆਂ ਜਾਂਦੇ ਨੇ, ਕੁਝ ਇੱਧਰ ਉੱਡਦਿਆਂ ਆਉਂਦੇ ਨੇ, ਸਾਡੇ ਪਿੱਤਰ ਪੰਛੀ ਨੇ ਜੋ ਇਕੱਠਿਆਂ ਵਕਤ ਲਿਆਉਂਦੇ ਨੇ। ਕਿਉਂ ਥਰ ਵੰਡਿਆ, ਕਿਉਂ ਜਲ ਵੰਡਿਆ, ਦਿਲ ਰੋਂਦੇ ਹੋਕੇ ਭਰ ਭਰ ਕੇ, ਕਈ ਜਿਗਰ ਦੇ ਟੋਟੇ ਗਵਾਲੇ ਨੇ, ਇੱਕ ਟੋਟੇ ਖਾਤਰ ਲੜ ਲੜ ਕੇ, ਕਸ਼ਮੀਰ ਦੀ ਖਾਤਰ ਲੜ ਲੜ ਕੇ। ਦੱਸ ਕੀ ਕਰਨਾ ਸੋਹਣੇ ਦਾ, ਕਸ਼ਮੀਰ ਤਾਂ ਬੰਦੇ ਖਾਣਾ ਏ, ਆਪਣਾ ਕੁਝ ਸੱਜਣਾ ਰਹਿਣਾ ਨੀ, ਕੀ ਤੀਜੀ ਕਰਨਾ ਏ। ਦੋ ਵਾਰ ਦਿੱਤੇ ਦੋ ਮਾਰ ਦਿੱਤੇ, ਮਨ ਅੱਕਿਆ ਸੁਰਖੀਆਂ ਪੜ ਪੜ ਕੇ, ਕਈ ਜਿਗਰ ਦੇ ਟੋਟੇ ਗਵਾਲੇ ਨੇ, ਇੱਕ ਟੋਟੇ ਖਾਤਰ ਲੜ ਲੜ ਕੇ, ਕਸ਼ਮੀਰ ਲੜ ਕੇ। ਅਸੀਂ ਅਸਲੇ ਅਤੇ ਮਜ਼ਾਇਲਾਂ ਲਈ ਧਨ ਪਾਣੀ ਵਾਂਗ ਵਹਾਇਆ ਹੋਏ, ਕਬੀਰ ਨਵੇਂ ਕਈ ਬਣ ਜਾਂਦੇ, ਜੇ ਧਾਨੇ ਹੁੰਦਾ ਬਚਾਇਆ ਹੋਏ। ਬਿਨਾਂ ਕੁੱਲੀ ਤੋਂ ਬਿਨਾਂ ਜੁੱਲੀ ਤੋਂ, ਨਾ ਮਰਦਾ ਕੋਈ ਫਰ ਫਰ ਕੇ, ਕਈ ਜਿਗਰ ਦੇ ਟੋਟੇ ਗਵਾਲੇ ਨੇ, ਇੱਕ ਟੋਟੇ ਖਾਤਰ ਲੜ ਲੜ ਕੇ, ਕਸ਼ਮੀਰ ਦੀ ਖਾਤਰ ਲੜ ਲੜ ਕੇ। ਸਰਹੱਦ ਨੂੰ ਗੁੱਟਰ ਤੋੜ ਦਈਏ, ਸੁੱਟ ਦਈਏ ਹੱਥੋਂ ਹਥਿਆਰਾਂ ਨੂੰ, ਰਲ ਵੰਡੀਏ ਮਹਿਕਾਂ ਪਿਆਰ ਦੀਆਂ, ਛੱਡ ਭੈੜੇ ਜਿਹੇ ਵਿਚਾਰਾਂ ਨੂੰ। ਜੋ ਤੇਰਾ ਘਰ ਸੋ ਮੇਰਾ ਘਰ, ਕਿਉਂ ਪਹਿਰੇ ਦਈਏ ਖੜ ਖੜ ਕੇ, ਕਈ ਜਿਗਰ ਦੇ ਟੋਟੇ ਗਵਾਲੇ ਨੇ, ਇੱਕ ਟੋਟੇ ਖਾਤਰ ਲੜ ਲੜ ਕੇ, ਕਸ਼ਮੀਰ ਦੀ ਖਾਤਰ ਲੜ ਲੜ ਕੇ, ਕਸ਼ਮੀਰ ਦੀ ਖਾਤਰ ਲੜ ਲੜ ਕੇ। ਧੰਨਵਾਦ ਜੀ। ਇਸ ਤੋਂ ਬਾਅਦ ਭਗਵਾਨ ਸਾਹਿਬ ਆ ਜੋ ਕਰਦੇ ਹੋ ਮਾਈਕ ਰਾਮਾ ਮੰਡੀ ਵਿਖੇ ਪੰਜਾਬੀ ਸਾਹਿਤ ਸਭਾ ਨੂੰ ਜੋੜਨ ਵਾਲੇ ਅਮਰੀਕ ਸਿੰਘ ਜੀ ਕੰਗ, ਜਿਹਨਾਂ ਦੀ ਬਦੌਲਤ ਦਰਵੀਰ ਸਿੰਘ ਜੀ ਭੋਰਾ, ਜਿਹੜੇ ਪੰਜਾਬੀ ਗਾਇਕ ਵੀ ਨੇ, ਗੀਤਕਾਰ ਵੀ ਨੇ, ਨਿਰਦੇਸ਼ਕ ਵੀ ਨੇ, ਐਡੀਟਰ ਵੀ ਨੇ, ਡਾਇਰੈਕਟਰ ਵੀ ਨੇ, ਬਹੁਤ ਸਰਬ ਗੁਣ ਸੰਪੰਨ। ਔਰ ਦਰਵੀਰ ਭੋਰਾ ਜਿਹਨਾਂ ਨੇ ਕਿਸੇ ਸਮੇਂ ਗੀਤ ਗਾਇਆ ਸੀ ਕਿ ਤੇਰੇ ਮਾਨ ਸਰੋਵਰ ਨੈਣ ਜਾ ਝੀਲ ਜਾਵੇ, ਨੈਣਾਂ ਦੇ ਨਜ਼ਰੀ ਚੜ ਜਾਵਾ। ਸੋ ਦਰਬਾਰ ਸਿੰਘ ਦੀ ਆਵਾਜ਼ ਦੇ ਵਿੱਚ ਸੁਪਰ ਡੁਪਰ ਭਲੇ ਵੇਲੇ ਦੇ ਵਿੱਚ ਲੁੱਟ ਰਹੇ ਗੀਤ, ਉਸ ਗੀਤ ਦੇ ਵਿੱਚ ਤਾਂ ਦਰਬੀਰ ਭੋਰਾ ਜਿਹੜੇ ਪਿਛਲੇ ਦਿਨ ਸਾਡੇ ਇਨਾਮ ਵੰਡ ਸਮਾਰੋਹ ਦੇ ਵਿੱਚ ਰਾਮਾ ਮੰਡੀ ਵਿੱਚ ਇੱਕ ਧਰਮੀ ਆਪਣੀ ਜਿਹੜੀ ਹਾਜ਼ਰੀ ਲਗਾ ਕੇ ਗਏ ਸੀ। ਕੱਲ੍ਹ ਦੇ ਅਖਬਾਰਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਰਾਮਾ ਮੰਡੀ ਵਿਖੇ ਇਨਾਮ ਵੰਡ ਸਮਾਰੋਹ ਦੇ ਵਿੱਚ ਦਰਬੀਰ ਭੋਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਾਨੂੰ ਖੁਸ਼ੀ ਹੈ ਕਿ ਭੋਰਾ ਸਾਹਿਬ ਅੱਜ ਸਾਡੇ ਨਾਲ ਆਨਲਾਈਨ ਹਾਜ਼ਰ ਨੇ। ਸੋ ਮਾਈਕ ਜਿਹੜਾ ਮੈਂ ਹੁਣ ਹਵਾਲੇ ਕਰਨ ਜਾ ਰਿਹਾ ਹਾਂ, ਅੰਮ੍ਰਿਤਸਰ ਦੀ ਪਵਿੱਤਰ ਧਰਤੀ ਗੁਰੂ ਕੀ ਨਗਰੀ ਦੇ ਵਿੱਚ ਸਾਡੇ ਪੰਜਾਬੀ ਮੰਚ ਦੇ ਨਾਲ ਜੁੜੇ ਹੋਏ ਦਰਬੀਰ ਭੋਰਾ ਜੀ ਨੂੰ ਕਿ ਆਪਣੀ ਉਹ ਰਚਨਾ ਤਮਾਮ ਦਰਸ਼ਕਾਂ ਦੇ ਨਾਲ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠ ਕੇ ਲਗਭਗ 85 ਮੁਲਕਾਂ ਦੇ ਵਿੱਚ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਦੇ ਨਾਲ ਸਾਂਝੇ ਕਰਨ ਦਰਬੀਰ ਭੋਰਾ ਸਾਹਿਬ। ਬਿਲਕੁਲ ਠੀਕ ਆ ਰਹੀ ਜੀ, ਬਿਲਕੁਲ ਠੀਕ ਆ ਰਹੀ। ਸਰ ਮੈਂ ਇੱਕ ਅਨਾਉਂਸ ਕਰਨਾ ਚਾਹੁੰਦਾ ਜੀ। ਹਾਂਜੀ, ਅਨਾਉਂਸ ਕਰੋ ਜੀ। ਸਾਡੇ ਪੰਜਾਬੀ ਮੰਚ ਦੇ ਨਾਲ ਹਾਂਜੀ ਹਾਂਜੀ ਸੁਣ ਰਹੇ ਜੀ। ਹਾਂਜੀ ਸਰ ਸੁਣ ਰਹੇ ਜੀ, ਬਿਲਕੁਲ ਜੀ, ਬੋਲੋ ਜੀ। ਸੁਣ ਰਹੇ ਤੁਸੀਂ ਸ਼ੁਰੂ ਰੱਖੋ। ਪ੍ਰਵਾਸ ਨੂੰ ਸੁਣ ਰਹੇ ਤੁਹਾਨੂੰ। ਹਾਂਜੀ ਸਰ ਜੀ, ਮੈਂ ਦੋ ਦਿਨਾਂ ਕਹਾਂਗਾ। ਹਾਂਜੀ, ਦਾਜ ਬਾਰੇ। ਹਾਂਜੀ, ਦਾਜ ਇੱਕ ਲਾਂਤ ਹੈ ਜੀ, ਕਿਸੇ ਸ਼ਹਿਰ ਜੀ ਸਰ ਲਿਖਿਆ ਸੀ। ਕਿਤੇ ਪਹਿਲੀ ਸਿਫਤ ਕਰਾਂ ਪ੍ਰਮਾਤਮਾ ਦੀ, ਅਸ਼ਾਨ ਜੀ, ਪਹਿਲੀ ਸਿਫਤ ਪ੍ਰਮਾਤਮਾ ਦੀ, ਇੱਕ ਇਨਸਾਨ ਲਿਖਿਆ ਤੇ ਵੱਖਰਾ, ਦੂਜੀ ਸਿਫਤ ਕਰਾਂ ਅੰਗਰੇਜ਼ ਵਾਲੀ, ਥੱਲੇ ਰੇਲ ਚੱਲਦੀ ਤੇ ਉੱਤੇ ਜਹਾਜ਼ ਵੱਖਰਾ, ਤੀਜੀ ਸਿਫਤ ਕਰਾਂ ਯਾ ਵਾਲਿਆਂ ਦੀ, ਤੇ ਦੂਜਾ ਦਾਜ ਵੱਖਰਾ। ਚੱਲ ਰਹਿਣਾ ਮੈਂ ਕੰਮ ਕਰ ਕੇ, ਛੋਟੀ ਜਿਹੀ ਬੱਚੀ। ਹੈਲੋ ਸਰ, ਛੋਟੀ ਜਿਹੀ ਬੱਚੀ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਮੈਨੂੰ ਅੱਜ ਨਹੀਂ ਚਾਹੀਦਾ, ਮੈਂ ਇੱਕ ਦਾਜ ਲੈਣਾ ਚਾਹੁੰਦੀ ਹਾਂ, ਮੈਨੂੰ ਵਿਦਿਆ ਪੜ੍ਹਾਓ। ਮੈਂ ਪੜ੍ਹ ਲਿਖ ਕੇ ਇੱਕ ਹੋਣਹਾਰ ਆਪਣੇ ਦੇਸ਼ ਦੀ ਨਾਗਰਿਕ ਬਣਾ,
ਸਾਰੀਆਂ ਕੁਰੀਤੀਆਂ ਸਾਰੀਆਂ ਕੁਰੀਤੀਆਂ ਦਾ ਇੱਕੋ ਹੀ ਇਲਾਜ ਵੇ ਇੱਕੋ ਇਲਾਜ ਵੇ ਵਿਦੇ ਆਪਣਾ ਦੇ ਮੈਨੂੰ ਇਹੋ ਮੇਰਾ ਤਾਜ ਵੇ ਸਾਰੀਆਂ ਕੁਰੀਤੀਆਂ ਦਾ ਮਾਫ ਕਰੀ ਬਾਬਲਾ ਮਾਫ ਕਰੀ ਬਾਬਲਾ ਇਹ ਸਾਰੇ ਦਿਲ ਦੇ ਇਹੋ ਜਿਹੇ ਗਹਿਣੇ ਨਹੀਂ ਦੁਕਾਨਾਂ ਉੱਤੋਂ ਮਿਲ ਮਾਬਲਾ ਤੂੰ ਭੇਦ ਸਾਰੇ ਦਿਲ ਦੇ ਇਹੋ ਜਿਹੇ ਗਹਿਣੇ ਨਹੀਂ ਦੁਕਾਨਾਂ ਉੱਤੋਂ ਮਿਲਦੇ ਨੀਲ ਮੋਤੇ ਪਾਵੇ ਤੂੰ ਵੇਚੀ ਭੁੱਖ ਰਾਜ ਵੇ ਵਿਦਿਆ ਪੜਾ ਦੇ ਮੈਨੂੰ ਇਹੋ ਮੇਰਾ ਦਾਜ ਵੇ ਸਾਰੀਆਂ ਕੁੜੀਆਂ ਦਾ ਜਿੰਨੇ ਸੋਹਣੇ ਲਿਖਦੇ ਨੇ ਓਹਨੇ ਵਧੀਆ ਸੋਹਣੇ ਗਾ ਵੀ ਲੈਂਦੇ ਨੇ। ਹਾਂਜੀ ਹਾਂਜੀ ਬਿਲਕੁਲ ਹਾਂਜੀ ਭਰਾ ਕੀ ਕਹਿ ਰਹੇ ਸੀ ਖਾਸ ਮਹੱਤਵ ਨੀ ਰੱਖਦੀਆਂ ਜੇ ਆਪਾਂ ਇੱਕ ਸਭਿਆਚਾਰਕ ਦੇ ਦਾਇਰੇ ਨੂੰ ਸਾਡੇ ਮਿਆਰੀ ਲਿਖਾਂਗੇ ਗੀਤ ਸਾਡੇ ਸਰੋਤਿਆਂ ਨੂੰ ਸਿੱਖਿਆ ਮਿਲਦੀ ਹੈ। ਠੀਕ ਹੈ ਸਰ ਦਿਲ ਕਰਦਾ ਮੈਂ ਇਸ ਦੁਨੀਆ ਤੋਂ ਤੁਰ ਜਾਵਾਂ ਛੱਡ ਕੇ ਪਰੇ ਹੋ ਜਾਵਾਂ ਛੱਡ ਜਾਵਾਂ ਪਿਆਰ ਮੁਹੱਬਤਾਂ ਨੂੰ ਛੱਡ ਜਾਵਾਂ ਮੈਂ ਖਬਰ ਫੈਲੂਗੀ ਵਿੱਚ ਸੰਸਾਰ ਸਾਰੇ ਪਤਾ ਪਤਨ ਪੂਜਨ ਵੀਰ ਦੀ ਮੌਤ ਵਾਲਾ ਤੇ ਜਦੋਂ ਕੇ ਸੁਭਾਅ ਖਬਰ ਸਾਰ ਚੱਲ ਰਿਹਾ ਸਰ ਜੀ ਚਲੋ ਇਸ ਲੈਣ ਵਿੱਚੋਂ ਅਸੀਂ ਵੀ ਗੁਜਰੇ ਹਾਂ ਤੇ ਰੋਵੇਂਗੀ ਤੂੰ ਖੜੀ ਹੋ ਕੇ ਪਰਦੀ ਵੇਖੇਗੀ ਅੱਖੀ ਮੇਰੀ ਬਹੁਤ ਅੱਛੇ ਬਹੁਤ ਅੱਛੇ ਪਾ ਕੇ ਪਿਆਰੇ ਕੂੜਾ ਜਵਾਬ ਕਰੇ
ਰਹੇਗੀ ਤੂੰ ਵੇਖੇਗੀ ਅੱਖੀਂ ਮੇਰੀ ਅਰਜ਼ੀ ਸੜੇਗੀ। ਅਗਲਾ ਬੰਦ ਸਰ ਆਪਣੀ ਜ਼ਿੰਮੇਵਾਰੀ ਲਈ ਤੁਸੀਂ ਕੋਸ਼ਿਸ਼ ਕਰਨੀ ਆਉਣ
ਲੈਣਾ ਸੀ ਨਾ।
हाँ जी सुनाओ जी। के वस्त्र टाकियां वाला जो पाके दर ते आंदा है, ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਇੱਕ ਸ਼ੀਸ਼ਾ ਵਿਖਾਉਂਦਾ ਹੈ। ਹਾਂਜੀ ਕਨਸਾ ਹਾਂਜੀ ਕਿ ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਇੱਕ ਸ਼ੀਸ਼ਾ ਵਿਖਾਉਂਦਾ ਹੈ। ਉਹ ਦਰਪਣ ਹੈ ਮੇਰੇ ਸਾਵੇਂ ਕਿ ਮੈਨੂੰ ਸੋਚ ਵਿੱਚ ਪਾਉਂਦਾ, ਉਹ ਦਰਪਣ ਹੈ ਮੇਰੇ ਸਾਵੇਂ ਜੋ ਮੈਨੂੰ ਸੋਚ ਵਿੱਚ ਪਾਉਂਦਾ, ਕਫਨ ਵਿੱਚ ਕਿਸ ਤਰ੍ਹਾਂ ਬੰਦਾ ਬਦਨ ਆਪਣਾ ਹਟਾਉਂਦਾ ਹੈ। ਉਹ ਦਰਪਣ ਹੈ ਮੇਰੇ ਸਾਵੇਂ ਜੋ ਮੈਨੂੰ ਸੋਚ ਵਿੱਚ ਪਾਉਂਦਾ, ਕਫਨ ਵਿੱਚ ਕਿਸ ਤਰ੍ਹਾਂ ਬੰਦਾ ਬਦਨ ਆਪਣਾ ਹਟਾਉਂਦਾ ਹੈ, ਕਿਸੇ ਵੀ ਵਕਤ ਅੰਦਰ ਭਟਕਿਆਂ ਨੂੰ ਰਾਹ ਵਿਖਾਉਂਦਾ ਹੈ, ਉਹੀ ਬੰਦਾ ਕਿਸੇ ਦਿਨ ਨੂੰ ਮਹਾਮਾਨਵ ਕਹਾਉਂਦਾ ਹੈ। ਵੈਰੀ ਗੁੱਡ। ਬਾਹੂਬਾਲਾਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਇੱਕ ਸ਼ੀਸ਼ਾ ਵਿਖਾਉਂਦਾ ਹੈ। ਗਲੀ ਵਿੱਚ ਦੇਖ ਕੇ ਆਨਾਥ ਬੱਚੇ ਪਿਘਲ ਜਾਂਦਾ ਹਾਂ, ਗਲੀ ਵਿੱਚ ਦੇਖ ਕੇ ਆਨਾਥ ਬੱਚੇ ਪਿਘਲ ਜਾਂਦਾ ਹਾਂ, ਤੜਪ ਸੁੱਕ ਕੇ ਲੱਗਦਾ ਹੈ ਵਤਨ ਮੈਨੂੰ ਬੁਲਾਉਂਦਾ ਹੈ। ਕੰਸਾ ਗਲੀ ਵਿੱਚ ਦੇਖ ਕੇ ਆਰਾਤ ਬੱਚੇ ਪਿਘਲ ਜਾਂਦਾ ਹਾਂ, ਤੜਪ ਸੁਣ ਸੁਣ ਕੇ ਲੱਗਦਾ ਹੈ ਵਤਨ ਮੈਨੂੰ ਬੁਲਾਉਂਦਾ ਹੈ, ਅਜੇ ਉਹ ਬਚ ਨਹੀਂ ਸਕਿਆ ਉਹਦੇ ਪੈਰਾਂ ਚ ਦਲ ਦਲ ਹੈ, ਅਜੇ ਉਹ ਬਚ ਨਹੀਂ ਸਕਿਆ ਉਹਦੇ ਪੈਰਾਂ ਚ ਦਲ ਦਲ ਹੈ, ਉਹ ਸਾਰੇ ਝੂਠ ਨੇ ਪਰਬਤ ਤੇ ਜੋ ਤੇਵਰ ਦਿਖਾਉਂਦਾ ਹੈ, ਵਸਤਰ ਕਾਟੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਇੱਕ ਸ਼ੀਸ਼ਾ ਵਿਖਾਉਂਦਾ ਹੈ। ਹਾਲੇ ਮੈਂ ਇੱਕ ਦੋ ਬਾਲ ਕੇ ਦੀਵੇ, ਮੈਂ ਇੱਕ ਦੋ ਬਾਲ ਕੇ ਦੀਵੇ ਲਈ ਉੱਥੇ ਰੋਸ਼ਨੀ ਕਰਦਾ, ਮੈਂ ਇੱਕ ਦੋ ਬਾਲ ਕੇ ਦੀਵੇ ਹੀ ਉੱਥੇ ਰੋਸ਼ਨੀ ਕਰਦਾ, ਜਿਸ ਜਗ੍ਹਾ ਰਹਿੰਦਾ ਤੇ ਦਿਨ ਦੀਵੀ ਡਰਾਉਂਦਾ ਹੈ, ਮੈਂ ਇੱਕ ਦੋ ਬਾਲ ਕੇ ਦੀਵੇ ਹੀ ਉੱਥੇ ਰੋਸ਼ਨੀ ਕਰਦਾ, ਹਨੇਰਾ ਜਿਸ ਜਗ੍ਹਾ ਰਹਿੰਦਾ ਤੇ ਦਿਨ ਦੀਵੀ ਡਰਾਉਂਦਾ ਹੈ। ਤੇ ਸ਼ੇਰ ਸੁਣਨਾ ਕਿ ਮੈਂ ਹਰ ਇੱਕ ਅੱਖ ਵਿੱਚ ਵੇਖੇ ਨੇ ਗਹਿਰੇ ਦੁੱਖ ਦੇ ਅਥਰੂ, ਮੈਂ ਹਰ ਇੱਕ ਅੱਖ ਦੇ ਵਿੱਚ ਵੇਖੇ ਨੇ ਗਹਿਰੇ ਦੁੱਖ ਦੇ ਅਥਰੂ, ਬਹੁਤ ਵੱਡਾ ਹੈ ਉਹ ਬੰਦਾ ਹੈ, ਬਹੁਤ ਵੱਡਾ ਹੈ ਉਹ ਬੰਦਾ ਜੋ ਮੇਰੀ ਮੁਸਕਰਾਉਂਦਾ ਹੈ, ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਇੱਕ ਸ਼ੀਸ਼ਾ ਵਿਖਾਉਂਦਾ ਹੈ, ਉਹ ਮੈਨੂੰ ਦੇਸ਼ ਦੀ ਗੁਰਬਤ ਦਾ ਬਹੁਤ ਅੱਛੇ। ਇੱਕ ਹੋਰ ਗਜ਼ਲ ਦੇ ਕੋਈ ਸ਼ੇਰ ਨੇ ਜਿਹੜੇ ਟਾਈਮ ਹੈ ਤੇ, ਹਾਂਜੀ ਕਿ ਇਹ ਸ਼ਾਇਰਾਂ ਨੂੰ ਸਮਝ ਲਓ, ਸਾਰੇ ਸ਼ਾਇਰਾਂ ਨੂੰ ਇੱਕ ਤਕੀਦ ਹੈ ਕਿ ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪਰਦਮੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪਰਦਮੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੋਗਾ ਕਰਦਮੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪਰਦਮੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰਦਮੀ ਸ਼ਾਇਰ, ਹੱਦਾਂ ਤੇ ਹਾਂ ਵਿਛਾ ਬੈਠੇ ਅਸੀਂ ਜੋ ਅਗਨ ਏ ਤਾਰਾਂ, ਇਹਨਾਂ ਨੂੰ ਸੀਤ ਕਰਕੇ ਮਹਿਕਦੇ ਫੁੱਲ ਕਰਦਮੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਕਰਦਮੀ ਸ਼ਾਇਰ। ਫਿਰ ਸ਼ੇਰ ਸੁਣਨਾ ਕਿ ਬੇਗਾਨੀ ਆਸ ਤੇ ਬੈਠੇ ਫੈਲਾ ਕੇ ਚੋਲ ਜੋ ਆਪਣੀ, ਬੇਗਾਨੀ ਆਸ ਤੇ ਬੈਠੇ ਫੈਲਾ ਕੇ ਚੋਲ ਜੋ ਆਪਣੀ, ਉਹਨਾਂ ਦੀ ਚੋਲ ਵਿੱਚ ਵੀ ਰਿਜ਼ਕ ਰਜਵਾਂ ਪਰਦਮੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪਰਦਮੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੋਗਾ ਕਰਦਮੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ। ਤੇ ਸ਼ੇਰ ਸੁਣਨਾ ਕਿ ਬਹੁਤ ਖੁਦਗਰਜ ਹੋਏ ਨੇ ਅਹਿਲਕਾਰ ਹੁਣ ਜ਼ਮਾਨੇ ਦੇ, ਬਹੁਤ ਖੁਦਗਰਜ ਹੋਏ ਨੇ ਅਹਿਲਕਾਰ ਹੁਣ ਜ਼ਮਾਨੇ ਦੇ, ਇਹਨਾਂ ਦੀ ਅਕਲ ਤੋਂ ਪਰਦੇ ਉਹਨਾਂ ਦੇ ਕਰਦਮੀ,
ਹਵਾਵਾਂ ਵਿੱਚ ਮੁਹੱਬਤ ਸੁਨੇਹਾ ਕਰ ਦੇਵੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦੇਵੀ ਸ਼ਾਇਰ। ਤੇ ਕੰਨ ਸਾਹਿਬ ਸ਼ੇਰ ਸੁਣਨਾ ਕਿ ਸੜਕ ਤੇ ਰੀਂਗ ਦੇ ਕੀੜੇ ਮਕੌੜੇ ਦੀ ਤਰ੍ਹਾਂ ਜਿਹੜੇ, ਸੜਕ ਤੇ ਰੀਂਗ ਦੇ ਕੀੜੇ ਮਕੌੜੇ ਦੀ ਤਰ੍ਹਾਂ ਜਿਹੜੇ, ਇਹਨਾਂ ਨੂੰ ਆਦਮੀ ਦੀ ਜੂਨ ਦਾ ਵੀ ਵਰਦਵੀ ਸ਼ਾਇਰ, ਇਹਨਾਂ ਨੂੰ ਆਦਮੀ ਦੀ ਜੂਨ ਦਾ ਵੀ ਵਰਦਵੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪੜ ਦਵੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦਵੀ ਸ਼ਾਇਰ। ਤੇ ਸ਼ੇਰ ਸੁਣਨਾ ਕਿ ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕਰ ਵਿਖਾਉਂਦੇ ਨੇ, ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕਰ ਵਿਖਾਉਂਦੇ ਨੇ, ਉਹਨਾਂ ਦੀ ਡੁੱਬ ਰਹੇ ਸੂਰਜ ਵੱਲ ਨਜ਼ਰ ਕਰ ਦੇਣੀ ਸ਼ਾਇਰ। ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕਰ ਵਿਖਾਉਂਦੇ ਨੇ, ਉਹਨਾਂ ਦੀ ਡੁੱਬ ਰਹੇ ਸੂਰਜ ਵੱਲ ਨਜ਼ਰ ਕਰ ਦੇਣੀ ਸ਼ਾਇਰ। ਤੇ ਸ਼ੇਰ ਸੁਣਨਾ ਕਿ ਗਏ ਬਨਵਾਸ ਵਿੱਚ ਜੋ ਯਾਰ ਮੇਰੇ ਦੂਰ ਸਾਗਰ ਤੋਂ, ਗਏ ਬਨਵਾਸ ਵਿੱਚ ਜੋ ਯਾਰ ਮੇਰੇ ਦੂਰ ਸਾਗਰ ਤੋਂ, ਉਹਨਾਂ ਨੂੰ ਵਤਨ ਵਿੱਚ ਵੀ ਜੀਣ ਦਾ ਅਵਸਰ ਦੇਣੀ ਸ਼ਾਇਰ। ਉਹਨਾਂ ਨੂੰ ਵਤਨ ਵਿੱਚ ਵੀ ਜੀਣ ਦਾ ਅਵਸਰ ਦੇਣੀ ਸ਼ਾਇਰ, ਗਏ ਬਨਵਾਸ ਵਿੱਚ ਜੋ ਯਾਰ ਮੇਰੇ ਦੂਰ ਸਾਗਰ ਤੋਂ, ਉਹਨਾਂ ਨੂੰ ਵਤਨ ਵਿੱਚ ਵੀ ਜੀਣ ਦਾ ਅਵਸਰ ਦੇਣੀ ਸ਼ਾਇਰ। ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਭਰ ਦੇਣੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦੇਣੀ ਸ਼ਾਇਰ। ਤੇ ਸ਼ੇਰ ਸੁਣਨਾ ਪਿਆਰੇ ਬਹੁਤ ਨੇ ਤਾਰੇ, ਪਿਆਰੇ ਬਹੁਤ ਨੇ ਤਾਰੇ ਹਨੇਰਾ ਹੂੰਜ ਦਿੰਦੇ ਨੇ, ਪਿਆਰੇ ਬਹੁਤ ਨੇ ਤਾਰੇ ਹਨੇਰਾ ਹੂੰਜ ਦਿੰਦੇ ਨੇ, ਬਹੁਤ ਅੱਛੇ ਜੁਗਾਂ ਤੱਕ ਨੂਰ ਬਰਸਣ ਦਾ ਇਹਨਾਂ ਨੂੰ ਵਰਦਵੀ ਸ਼ਾਇਰ, ਜੁਗਾਂ ਤੱਕ ਨੂਰ ਬਰਸਣ ਦਾ ਇਹਨਾਂ ਨੂੰ ਵਰਦਵੀ ਸ਼ਾਇਰ, ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਪਰਦਵੀ ਸ਼ਾਇਰ, ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦਵੀ ਸ਼ਾਇਰ। ਤੇ ਆਖਰੀ ਸ਼ੇਰ ਹੈ, ਬਹੁਤ ਖੁਸ਼ਕੀ ਮਨਾਂ ਵਿੱਚ ਆ ਰਹੀ ਹੈ ਦਿਨ ਬ ਦਿਨ ਅੱਜ ਕੱਲ, ਬਹੁਤ ਖੁਸ਼ਕੀ ਮਨਾਂ ਵਿੱਚ ਆ ਰਹੀ ਹੈ ਦਿਨ ਬ ਦਿਨ ਅੱਜ ਕੱਲ, ਹਵਾ ਵਿੱਚ ਹੀ ਜ਼ਰਾ ਮਾਸਾ ਨਮੀ ਤੂੰ ਭਰ ਦੇ, ਹਵਾ ਵਿੱਚ ਹੀ ਜ਼ਰਾ ਮਾਸਾ ਨਮੀ ਤੂੰ ਭਰ ਦੇ ਸ਼ਾਇਰ, ਕੀ ਬਾਤ ਹੈ, ਹਵਾ ਵਿੱਚ ਮੁਹੱਬਤ ਦਾ ਸੁਨੇਹਾ ਭਰ ਦੇ ਸ਼ਾਇਰ, ਬਹੁਤ ਅੱਛੇ ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦੇ ਸ਼ਾਇਰ, ਬਹੁਤ ਅੱਛੇ ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਭਰ ਦੇ ਸ਼ਾਇਰ, ਬਹੁਤ ਅੱਛੇ ਦਿਲਾਂ ਨੂੰ ਮਹਿਕਦਾ ਤੇ, ਬਹੁਤ ਅੱਛੇ ਜੀ, ਬਹੁਤ ਅੱਛੇ। ਇੱਕ ਅਨਾਊਂਸਮੈਂਟ ਹੈ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਹੈ ਜੀ, ਜਿਹੜੇ ਅੱਜ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਕੱਲ੍ਹ ਨਹੀਂ ਸੀ ਕਿਉਂਕਿ ਕੱਲ੍ਹ ਭਰੋਵਾਲ ਸਾਹਿਬ ਨੇ ਪ੍ਰੋਗਰਾਮ ਦਿੱਤਾ ਉੱਥੋਂ ਆਪਣੇ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਪੰਜਾਬੀ ਸਾਧ ਸਭਾ ਅੰਮ੍ਰਿਤਸਰ ਦਾ ਗਠਨ ਕਰ ਲਿਆ, ਇਹ ਕੱਲ੍ਹ ਦੀ ਬਹੁਤ ਵੱਡੀ ਖਬਰ ਸੀ, ਖੁਸ਼ਖਬਰੀ ਸੀ। ਅਤੇ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਇਹ ਗੱਲ ਦੱਸਣੀ ਸੀ ਕਿ ਪੰਜਾਬੀ ਸਾਧ ਸਭਾ ਅੰਮ੍ਰਿਤਸਰ ਦਾ ਗਠਨ ਹੋ ਚੁੱਕਾ ਆ, ਤੇ ਤੁਹਾਨੂੰ ਵੀ ਯਾਦ ਕੀਤਾ ਸੀ ਉਹਨਾਂ ਨੇ ਕੱਲ, ਤੁਸੀਂ ਸੁਣੀ ਲਿਆ ਕੱਲ ਦਾ ਪ੍ਰੋਗਰਾਮ, ਤੇ ਮੀਡੀਆ ਨੂੰ ਵੀ ਇਹ ਖਬਰ ਦੇਣੀ ਚਾਹੀਦੀ, ਭਰੋਵਾਲ ਸਾਹਿਬ ਇਹ ਖਬਰ ਮੀਡੀਆ ਨੂੰ ਵੀ ਦਿਓ, ਪੰਜਾਬੀ ਸਾਧ ਸਭਾ ਅੰਮ੍ਰਿਤਸਰ ਦਾ ਗਠਨ। ਹਾਂਜੀ ਇਹ ਬਹੁਤ ਵੱਡੀ ਗੱਲ ਹੈ, ਹੁਣ ਰਾਮਾ ਮੰਡੀ ਵਾਲਿਆਂ ਹਾਂਜੀ ਅਜੀਤ ਅਖਬਾਰ ਦੇ ਨੇ ਜੀ, ਹਾਂਜੀ ਦੇ ਦਿੱਤਾ ਜੀ ਸਰਕਾਰ ਨੇ ਅਜੀਤ ਅਖਬਾਰ ਦੇ, ਹਾਂਜੀ ਅਜੀਤ ਡੇਲੀ ਜੀ ਦੇ ਕਬੀਰ ਅੰਮ੍ਰਿਤਸਰੀ ਜੀ, ਉਹਨਾਂ ਨੇ ਸਰ ਭੇਜ ਦਿੱਤੀ ਇਹ ਵੀ। ਵੈਰੀ ਗੁੱਡ ਵੈਰੀ ਗੁੱਡ ਨਾਈਸ ਵੈਰੀ ਨਾਈਸ ਕਮਿਸ਼ਨ ਉਹਦੇ ਵੀ, ਹਾਂਜੀ ਵੈਰੀ ਗੁੱਡ, ਮੇਰੇ ਕੋਲ ਜੀ ਡਿਮਾਂਡ ਚੈਨਲ ਫਸਟ ਵੇ ਉੱਤੇ ਮੈਂ ਕੱਲ ਲਾਈਵ ਜਿਹੜਾ ਜੀ ਰਿਕਾਰਡਿੰਗ ਕੀਤੀ ਸੀ ਕੈਮਰੇ ਵੱਖਰੇ ਦੇ ਉਹ ਭੇਜ ਦਿੱਤਾ ਜੀ, ਪਰ ਆ ਚੱਲ ਗਿਆ ਜੀ ਉਸ ਵੇਲੇ ਜੀ। ਵੈਰੀ ਨਾਈਸ, ਹਾਂਜੀ ਜੀ ਜੀ ਹਾਂਜੀ, ਹੁਣ ਮੈਨੂੰ ਹੁਕਮ ਹੋਇਆ ਜੀ ਪ੍ਰੋਫੈਸਰ ਸਾਹਿਬ ਵੱਲੋਂ ਕਿ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਾਂ। ਮੇਰਾ ਹੁਣ ਦਿਲ ਕਰਦਾ ਪ੍ਰੋਫੈਸਰ ਸਾਹਿਬ ਤੁਸੀਂ ਕਵਿਤਾ ਸੁਣਾਈ ਸੀ ਜਿਹੜੀ ਕਿ ਮੈਂ ਮੇਰਾ ਖਿਆਲ ਆਪਣੇ ਸਕਰੀਨ ਦੇ ਦੂਸਰੇ ਦੇ ਲੱਗੇ, ਅੱਜ ਮੈਂ ਲੈਪਟਾਪ ਦੇ ਕਿਉਂਕਿ ਫੋਨ ਥੋੜੇ ਛੋਟੇ ਆ ਮੇਰੇ ਦੂਸਰੇ ਲੈਪਟਾਪ ਤੇ ਹੈ, ਤੁਸੀਂ ਕਵਿਤਾ ਸੁਣਾਈ ਸੀ ਜਿਹੜੀ ਕਿ 1991 ਚ ਤੁਸੀਂ ਲਿਖੀ ਸੀ, ਇਹ ਕਵਿਤਾ ਮੈਂ ਲਿਖੀ ਸੀ 1983 ਜਦੋਂ ਪੰਜਾਬ ਦੇ ਵਿੱਚ ਕਾਫੀ ਮਾਰ ਧਾੜ ਚੱਲ ਰਹੀ ਸੀ ਦੋਹਾਂ ਪਾਸਿਆਂ ਤੋਂ, ਸਰਕਾਰ ਵੱਲੋਂ ਵੀ ਤੇ ਅੱਤਵਾਦ ਦਾ ਦੌਰ ਸੀ ਅੱਤਵਾਦੀਆਂ ਵੱਲੋਂ ਵੀ ਤੇ ਦੋਹਾਂ ਧਿਰਾਂ ਤੋਂ, ਉਸ ਵੇਲੇ ਮੈਂ ਕਵਿਤਾ ਲਿਖੀ ਸੀ। ਮੈਨੂੰ ਉਸ ਵੇਲੇ ਚੇਤਾ ਆਇਆ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਕਵਿਤਾ ਲਿਖੀ ਸੀ ਵਾਰਿਸ ਸ਼ਾਹ ਨੂੰ, ਉਸ ਕਵਿਤਾ ਨੂੰ ਦਿਮਾਗ 'ਚ ਰੱਖ ਕੇ ਤੇ ਫਿਰ ਮੈਂ ਕਵਿਤਾ ਦੀ ਰਚਨਾ ਕੀਤੀ।
ਇਹ ਕਵਿਤਾ ਮੇਰੀ ਉਹਨਾਂ ਦਿਨਾਂ ਵਿੱਚ ਕਾਫੀ ਅਖਬਾਰਾਂ ਛਪੀ ਸੀ ਕਈ ਕਈ ਵਾਰ, ਕੈਨੇਡਾ ਦਰਪਣ ਨੇ ਮੇਰਾ ਖਿਆਲ ਦੋ ਤਿੰਨ ਵਾਰੀ ਛਾਪੀ, ਕਈ ਦੂਸਰੀਆਂ ਅਖਬਾਰਾਂ ਵਿੱਚ ਵੀ ਇਹ ਕਵਿਤਾ ਛਪੀ ਸੀ, ਮੈਂ ਹੁਣ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਵਿਤਾ ਦਾ ਸਿਰਲੇਖ ਹੈ ਅੰਮ੍ਰਿਤਾ ਪ੍ਰੀਤਮ ਦੇ ਨਾਲ। ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ, ਅੱਜ ਅੱਖਾਂ ਵਾਰੇ ਸ਼ਾਹ ਨੂੰ ਤੇ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਉਹੋ ਜਿਹਾ ਤਾਨਾ ਮਾਰ ਦਿੱਤਾ। ਹਾਂਜੀ ਹਾਜ਼ਰ ਹੈ। ਅੱਜ ਅੱਖਾਂ ਅੰਮ੍ਰਿਤਾ ਪ੍ਰੀਤਮ ਨੂੰ ਕਿਤੇ ਨੀਂਦਰ ਵਿੱਚੋਂ ਜਾਗ, ਅੱਜ ਅੱਖਾਂ ਅੰਮ੍ਰਿਤਾ ਪ੍ਰੀਤਮ ਨੂੰ ਕਿਤੋਂ ਨੀਂਦਰ ਵਿੱਚੋਂ ਜਾਗ, ਸਭ ਪਾਸੇ ਅੱਗਾਂ ਲੱਗੀਆਂ ਤੇਰਾ ਹੋਇਆ ਮਹਿਲ ਖਰਾਬ, ਸਭ ਪਾਸੇ ਅੱਗਾਂ ਲੱਗੀਆਂ ਤੇਰਾ ਹੋਇਆ ਮਹਿਲ ਖਰਾਬ, ਅੱਜ ਦਿੱਲੀ ਧਾਹਾਂ ਮਾਰਦੀ ਤੇ ਹੋ ਕੇ ਲਏ ਪੰਜਾਬ, ਤੇਰੇ ਬਾਗ ਦੇ ਭੌਰੇ ਲੱਦ ਗਏ ਕਰ ਤਿਤਲੀਆਂ ਦੇ ਬਰਬਾਦ, ਤੇਰੇ ਉੱਠਿਆ ਫਿਰਕੀ ਸੋਰਨਾ ਜਦ ਚਮਨ ਹੋਇਆ ਬਰਬਾਦ, ਜਦ ਰਤ ਦੀ ਰਾਵੀ ਭਰ ਜਾਊ ਤੇ ਮਿੱਝ ਦੀ ਭਰੂ ਚਨਾਵ, ਜਦ ਰਤ ਦੀ ਰਾਵੀ ਭਰ ਜਾਊ ਤੇ ਮਿੱਝ ਦੀ ਭਰੂ ਚਨਾਵ, ਜਦ ਕਹਿਰ ਦਾ ਬੱਦਲ ਵਰ ਪਿਆ ਤੇਰੇ ਜਾਣੇ ਹੋਸ਼ ਗਵਾਸ, ਖੁਦ ਮਾਰ ਦਾ ਥੜਾ ਰੋਏਗੀ ਫਿਰ ਕਿਸ ਨੂੰ ਦਊ ਧਰਵਾਸ, ਜਦ ਕਹਿਰ ਦਾ ਬੱਦਲ ਵਰ ਪਿਆ ਤੇਰੇ ਜਾਣੇ ਹੋਸ਼ ਗਵਾਚ, ਖੁਦ ਮਾਰ ਦਾ ਥੜਾ ਰੋਏਗੀ ਫਿਰ ਕਿਸ ਨੂੰ ਦਊ ਧਰਵਾਸ, ਤਾਜ਼ੀ ਹੋਣ ਨੂੰ ਕਸਰ ਕੀ ਰਹਿ ਗਈ ਤੇਰੀ 10-47 ਦੀ ਯਾਦ, ਤੂੰ ਕਲਮ ਨਾ ਚੁੱਕੀ ਅੱਜ ਤੱਕ ਦੱਸ ਇਹਦੇ ਵਿੱਚ ਕੀ ਰਾਜ, ਤਾਜ਼ੀ ਹੋਣ ਨੂੰ ਕਸਰ ਕੀ ਰਹਿ ਗਈ ਤੇਰੀ 10-47 ਦੀ ਯਾਦ, ਤੂੰ ਕਲਮ ਨਾ ਚੁੱਕੀ ਅੱਜ ਤੱਕ ਦੱਸ ਇਹਦੇ ਵਿੱਚ ਕੀ ਰਾਜ, ਇੱਥੇ ਇੱਥੇ ਘਰ ਘਰ ਧੀਆਂ ਰੋਂਦੀਆਂ ਕਈ ਲੁੱਟੇ ਗਏ ਸੁਹਾਗ, ਇੱਥੇ ਘਰ ਘਰ ਧੀਆਂ ਰੋਂਦੀਆਂ ਕਈ ਲੁੱਟੇ ਗਏ ਸੁਹਾਗ, ਤੂੰ ਅਜੇ ਨਾ ਪਾਸਾ ਵੱਟਿਆ ਤੇਰੀ ਅਜੇ ਨਾ ਖੁੱਲੀ ਯਾਗ, ਇੱਥੇ ਵਾੜ ਖੇਤ ਨੂੰ ਖਾਂਦੀ ਚਮਗਿੱਦੜ ਬਣ ਗਏ ਬਾਜ, ਇੱਥੇ ਪੈ ਉਜਾੜਾਂ ਚੱਲੀਆਂ ਜਾਪੇ ਸਭ ਕੁਝ ਬੇਆਵਾਜ਼, ਅਜੇ ਵੇਲਾ ਸੰਭਲ ਹੋਸ਼ ਕਰ ਉੱਠ ਆਪਣਾ ਫਰਜ਼ ਪਛਾਣ, ਤੇਰਾ ਵਾਰਿਸ ਸ਼ਾਹ ਨੂੰ ਆਖਿਆ ਲੋਕ ਧੂਣੀਆਂ ਉੱਪਰ ਗਾਣ, ਅਜੇ ਵੇਲਾ ਸੰਭਲ ਹੋਸ਼ ਕਰ ਉੱਠ ਆਪਣਾ ਫਰਜ਼ ਪਛਾਣ, ਤੇਰਾ ਵਾਰਿਸ ਸ਼ਾਹ ਨੂੰ ਆਖਿਆ ਲੋਕ ਧੂਣੀਆਂ ਉੱਪਰ ਗਾਣ, ਉਹ ਵਾਰਿਸ ਸ਼ਾਹ ਸੀ ਮਰ ਗਿਆ ਤੇਰੀ ਕਿੰਜ ਸੁਣਦਾ ਫਰਿਆਦ, ਉਹ ਵਾਰਿਸ ਸ਼ਾਹ ਸੀ ਮਰ ਗਿਆ ਤੇਰੀ ਕਿੰਜ ਸੁਣਦਾ ਫਰਿਆਦ, ਪਰ ਤੂੰ ਤੇ ਜਿਉਂਦੀ ਸੌਂ ਗਈ ਕਰ ਪੂਰੀ ਉੱਠ ਮਰਾਦ, ਪਰ ਤੂੰ ਤੇ ਜਿਉਂਦੀ ਸੌਂ ਗਈ ਕਰ ਪੂਰੀ ਉੱਠ ਮਰਾਦ, ਅਸੀਂ ਕਲਮ ਘਸਾਵਣ ਜੋਗੜੇ ਤੂੰ ਕਵੀਆਂ ਦੀ ਸਰਤਾਜ, ਅਸੀਂ ਕਲਮ ਘਸਾਵਣ ਜੋਗੜੇ ਤੂੰ ਕਵੀਆਂ ਦੀ ਸਰਤਾਜ, ਹਰ ਪਾਸੇ ਚੀਕਾਂ ਪੈਂਦੀਆਂ ਤੈਨੂੰ ਕੋਈ ਨਾ ਸੁਣਦੀ ਆਵਾਜ, ਹਰ ਪਾਸੇ ਚੀਕਾਂ ਪੈਂਦੀਆਂ ਤੈਨੂੰ ਕੋਈ ਨਾ ਸੁਣਦੀ ਆਵਾਜ, ਹੁਣ ਸੁੱਟ ਪਰਾਂ ਮਜਬੂਰੀਆਂ ਤੇ ਹੋਰ ਨਾ ਪਾਈ ਪੱਜ, ਹੁਣ ਸੁੱਟ ਪਰਾਂ ਮਜਬੂਰੀਆਂ ਤੇ ਹੋਰ ਨਾ ਪਾਈ ਪੱਜ, ਤੈਨੂੰ ਕਿਹਾ ਮੈਂ ਰਹਿ ਨਾ ਸਕਦਾ ਹੁਣ ਜ਼ੁਲਮ ਦੀ ਹੋ ਗਈ ਹੱਦ, ਉੱਠ ਲੈ ਅੰਗੜਾਈ ਖਿੱਚ ਕੇ ਤੂੰ ਵਿੱਚ ਮੈਦਾਨੇ ਗੱਜ, ਇਹ ਚੋਲਾ ਉਂਝ ਵੀ ਛੱਡਣਾ ਇੰਜ ਚੇਤੇ ਰੱਖੂ ਜੱਗ, ਇਹ ਚੋਲਾ ਉਂਝ ਵੀ ਛੱਡਣਾ ਇੰਜ ਚੇਤੇ ਰੱਖੂ ਜੱਗ, ਤੇਰਾ ਘੋੜਾ ਭੱਜਾ ਖੁੱਲ ਕੇ ਤੂੰ ਉੱਠ ਕੇ ਫੜ ਲੈ ਵਾਗ, ਇੱਕ ਵਾਰ ਪੰਜਾਬੀ ਛੀਣੀਏ ਕੋਈ ਦਰਦ ਦਾ ਗਾ ਦੇ ਰਾਗ, ਇੱਕ ਵਾਰ ਪੰਜਾਬੀ ਛੀਣੀਏ ਕੋਈ ਦਰਦ ਦਾ ਗਾ ਦੇ ਰਾਗ, ਇੱਥੇ ਹਾਕਮ ਡਾਕੇ ਮਾਰਦੇ ਤੇਰਾ ਲੁੱਟਿਆ ਸਾਰਾ ਮਾਲ, ਤੂੰ ਅਜੇ ਵੀ ਵੇਲਾ ਸਾਂਭ ਲੈ ਐਵੇਂ ਵਕਤ ਨਾ ਸੌਂਕੇ ਗਾਲ, ਨੀ ਉੱਠ ਕਵਿਤਾ ਦੀ ਰਾਣੀਏ ਤੂੰ ਉੱਠ ਕੇ ਕਲਮ ਸੰਭਾਲ, ਉੱਠ ਲੇਖੇ ਲਾ ਮਜ਼ਲੂਮ ਦੇ ਤੇਰੇ ਬਾਕੀ ਰਹਿੰਦੇ ਸਾਲ, ਤੂੰ ਸੁੱਤੀ ਲੰਮੀਆਂ ਤਾਣ ਕੇ ਤੇ ਸੋਹਣੇ ਲੈ ਲਈ ਖਾਬ, ਤੂੰ ਸੁੱਤੀ ਲੰਮੀਆਂ ਤਾਣ ਕੇ ਤੇ ਸੋਹਣੇ ਲੈ ਲਈ ਖਾਬ, ਜਰਾ ਜਾ ਕੇ ਨਜ਼ਰਾਂ ਮਾਰ ਲੈ ਉੱਠ ਤੱਕ ਆਪਣਾ ਪੰਜਾਬ, ਜਰਾ ਜਾ ਕੇ ਨਜ਼ਰਾਂ ਮਾਰ ਲੈ ਉੱਠ ਤੱਕ ਆਪਣਾ ਪੰਜਾਬ, ਤੇਰੀ ਕਵਿਤਾ ਸੁਣੀ ਮੈਂ ਬਚਪਨੇ ਅਦੇ ਗੋਲ ਬੋਲਣ ਕੰਨ ਚ ਬੋਲ, ਤੇਰੀ ਕਵਿਤਾ ਸੁਣੀ ਮੈਂ ਬਚਪਨੇ ਅਜੇ ਗੂੰਜਣ ਕੰਨ ਚ ਬੋਲ, ਹੁਣ ਚੁੱਪ ਸਾਧ ਕਿਉਂ ਬੈਠ ਗਈ ਤੇਰਾ ਸਮਝ ਨੀ ਆਉਂਦਾ ਰੋਲ, ਹੁਣ ਚੁੱਪ ਸਾਧ ਕਿਉਂ ਬੈਠ ਗਈ ਤੇਰਾ ਸਮਝ ਨੀ ਆਉਂਦਾ ਰੋਲ,
ਤੇਥੋਂ ਲੈ ਉਤਸ਼ਾਹ ਮੈਂ ਚੱਲਿਆ ਪੱਕਾ ਦਿਲ ਵਿੱਚ ਲਿਆ ਮੈਂ ਰੱਖ ਤੇਥੋਂ ਲੈ ਉਤਸ਼ਾਹ ਮੈਂ ਚੱਲਿਆ ਪੱਕਾ ਦਿਲ ਵਿੱਚ ਲਿਆ ਮੈਂ ਰੱਖ ਸਭ ਲੋਕ ਕਹਿਣ ਤੂੰ ਭਟ ਗਈ ਦੱਸ ਤੂੰ ਵੀ ਆਪਣਾ ਪੱਖ ਸਭ ਲੋਕ ਕਹਿਣ ਤੂੰ ਭਟ ਗਈ ਦੱਸ ਤੂੰ ਵੀ ਆਪਣਾ ਪੱਖ ਦੱਸ ਤੂੰ ਵੀ ਆਪਣਾ ਪੱਖ ਥੈਂਕ ਯੂ ਭਾਰਤ ਪਾਕਿਸਤਾਨ ਦੀ ਦਰਦਨਾਕ ਵੰਡ ਤੇ ਉਸ ਵੰਡ ਦੇ ਵਿੱਚ ਉੱਠਦੇ ਹੋਏ ਦਿਖਾਉਣ ਦੇ ਬਾਰੇ ਸੋ ਕੰਗ ਸਾਹਿਬ ਨੇ ਇਹ ਜਿਹੜੀ ਰਚਨਾ ਹੈ ਅੰਮ੍ਰਿਤਾ ਪ੍ਰੀਤਮ ਨੂੰ ਮੁਖਾਤਿਬ ਹੋ ਕੇ ਲਿਖੀ ਸੰਬੋਧਨ ਕਰਕੇ ਲਿਖੀ ਔਰ ਬਦਲਦੇ ਹੋਏ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਭਾਰਤ ਦੇ ਵੱਖ ਵੱਖ ਪ੍ਰਸੰਗਾਂ ਦੇ ਸੰਦਰਭ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਬਾਖੂਬੀ ਉਭਾਰਿਆ ਹੈ। ਕੰਗ ਸਾਹਿਬ ਨੇ ਕੱਲ ਸਾਲ ਤੋਂ ਪਹਿਲਾਂ ਡਾਕਟਰ ਸੁਰਿੰਦਰ ਬੇੜ ਜਿਹੜੇ ਸਾਡੇ ਨਾਲ ਜੁੜੇ ਸਨ ਜਿਨ੍ਹਾਂ ਨੇ ਬਾਖੂਬੀ ਆਪਣੀਆਂ ਜਿਹੜੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕੰਗ ਸਾਹਿਬ ਨੇ ਕਿਹਾ ਸੀ ਕਿ ਕੰਪਾ ਅਤੇ ਸੁਨੇਤਰਾ ਦੇ ਖੇਤਰ ਦੇ ਵਿੱਚ ਨਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਬਤੌਰ ਹੈੱਡ ਜਿਹੜੇ ਵਿਚਰ ਰਹੇ ਨੇ ਸ਼ਿਵ ਕੁਮਾਰ ਬਟਾਲਵੀ ਤੇ ਪੀ ਐਚ ਡੀ ਕਰਨ ਵਾਲੇ ਡਾਕਟਰ ਸੁਰਿੰਦਰ ਬੇੜ ਔਰ ਜਿਨ੍ਹਾਂ ਨੇ ਹਾੜ ਸਿਆਲ ਦੁੱਖ ਰੁੱਖ ਦੁੱਖ ਤੇ ਮਨੁੱਖ ਇੱਕ ਮਹਿਕ ਕਟੋਰਾ ਤਾਰਾ ਤਾਰਾ ਅਥਰੂ ਅਥਰੂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਔਰ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਜੀਵਨੀਆਂ ਵੀ ਦਿੱਤੀਆਂ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸੁਰਿੰਦਰ ਬੇੜ ਜਿਹਨਾਂ ਦਾ ਅਸੀਂ ਨਾਂ ਸੁਣਿਆ ਕਰਦੇ ਸੀ ਜਿਹਨਾਂ ਦੀਆਂ ਕਿਤਾਬਾਂ ਜਿਹਨਾਂ ਦੇ ਵਿਚਾਰ ਅਸੀਂ ਪੜ੍ਹਿਆ ਕਰਦੇ ਸਾਂ ਔਰ ਅੱਜ ਉਹ ਕੰਗ ਸਾਹਿਬ ਦੀ ਬਦੌਲਤ ਪੰਜਾਬੀ ਮੰਚ ਦੇ ਜ਼ਰੀਏ ਆਨਲਾਈਨ 85 ਮੁਲਕਾਂ ਦੇ ਪੰਜਾਬੀ ਅਦਬ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਪੰਜਾਬੀ ਸੱਭਿਆਚਾਰ ਸੰਗੀਤ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਦੇ ਰੂਬਰੂ ਹੋਏ ਨੇ ਬੀਰ ਸਾਹਿਬ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿਉਂਕਿ ਜੋ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਉਹ ਯੁੱਗ ਪੁਰਸ਼ ਹੁੰਦੇ ਨੇ ਬਹੁਤ ਵੱਡੀ ਦੇਣ ਹੈ ਬੀਰ ਸਾਹਿਬ ਦੀ ਸਾਹਿਤ ਨੂੰ ਅਧਿਆਪਨ ਨੂੰ ਸਾਡੇ ਪੰਜਾਬ ਨੂੰ ਸਾਡੀ ਪੰਜਾਬੀ ਨੂੰ ਸਾਡੀ ਪੰਜਾਬੀਅਤ ਨੂੰ ਔਰ ਇਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਪਰਦੇ ਦੇ ਉੱਤੇ ਸਾਡੇ ਨਾਲ ਪੰਜਾਬੀ ਗਾਇਕੀ ਦੇ ਦੂਸਰੇ ਮੁਕਾਬਲੇ ਦੇ ਵਿੱਚੋਂ ਤੀਸਰਾ ਮੁਕਾਮ ਹਾਸਲ ਕਰਨ ਵਾਲੇ ਸਰਬ ਮਜੀਠਾ ਜਿਹੜੇ ਸਾਡੇ ਨਾਲ ਜੁੜ ਗਏ ਨੇ ਔਰ ਅਸੀਂ ਬੇਨਤੀ ਕਰਾਂਗੇ ਸਰਬ ਮਜੀਠਾ ਨੂੰ ਜਿਹੜੇ ਗੁਰੂ ਕੀ ਨਗਰੀ ਪਵਿੱਤਰ ਨਗਰੀ ਅੰਮ੍ਰਿਤਸਰ ਤੋਂ ਇਸ ਵੇਲੇ ਸਾਡੇ ਦੇ ਨਾਲ ਮੌਜੂਦ ਨੇ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨ। ਉਸ ਤੋਂ ਬਾਅਦ ਅੱਜ ਦੀ ਇਸ ਮਹਿਫਲ ਨੂੰ ਅੱਜ ਦੀ ਉਸ ਮਜਲਿਸ ਨੂੰ ਅਸੀਂ ਸਮਾਪਤੀ ਦੇ ਵੱਲ ਲੈ ਕੇ ਜਾਵਾਂਗੇ। ਮਾਈਕ ਜਿਹੜਾ ਹਵਾਲੇ ਕਰਨ ਜਾ ਰਹੇ ਹਾਂ ਸਰਬ ਮਜੀਠਾ। ਹਾਂਜੀ ਮਜੀਠਾ ਸਾਹਿਬ ਸਾਈਕਲ ਛੱਡ ਕੇ ਗੱਡੀਆਂ ਲੈ ਲਈਆਂ ਕੱਚੀਆਂ ਘਰਾਂ ਦੇ ਵਿੱਚ ਫਰਸ਼ਾਂ ਪੈ ਗਈਆਂ ਸਾਈਕਲ ਛੱਡ ਕੇ ਗੱਡੀਆਂ ਲੈ ਲਈਆਂ ਕੱਚੀਆਂ ਘਰਾਂ ਵਿੱਚ ਫਰਸ਼ਾਂ ਪੈ ਗਈਆਂ ਸੁੱਖਾਂ ਦੀ ਖਾਤਰ ਲਾ ਕੇ ਜ਼ਿੰਦਗੀ ਦਾਵਾਂ ਤੇ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਮੱਖਣੀ ਨਹੀਂ ਉਹ ਹੱਥ ਵਿੱਚ ਬੀਅਰ ਭੁੱਲ ਕੇ ਕਰਤਾ ਸਭ ਇੱਕ ਕਲੀਅਰ ਮੱਖਣੀ ਨਹੀਂ ਉਹ ਹੱਥ ਵਿੱਚ ਕਲੀਅਰ ਭੁੱਲ ਕੇ ਕਰਤਾ ਸਭ ਇੱਕ ਕਲੀਅਰ ਚੁੱਲ੍ਹੇ ਦੀ ਰੋਟੀ ਛੱਡ ਕੇ ਖਾਣੇ ਰੈਂਟਾਂ ਵਿੱਚ ਪੀਜੇ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਦੂਰ ਹੋ ਗਈ ਆਪਣੀ ਭਾਸ਼ਾ ਇੰਗਲਿਸ਼ ਕਰ ਲਈ ਇੱਕੋ ਖਾਸ ਆ ਦੂਰ ਹੋ ਗਈ ਆਪਣੀ ਭਾਸ਼ਾ ਇੰਗਲਿਸ਼ ਕਰ ਲਈ ਇੱਕੋ ਖਾਸ ਆ ਕਿਹਾ ਬੁੜੀ ਨਹੀਂ ਸਮਝਦੀ ਕਿਹਾ ਬੁੜੀ ਨਹੀਂ ਸਮਝਦੀ ਕੁੱਝ ਪੱਲੇ ਨਾ ਮਾਵਾਂ ਦੇ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਮਾਰ ਗਈ ਏ ਸਰਬ ਮਹਿੰਗਾਈ ਤੈਨੂੰ ਵੀ ਨਾ ਯਾਦ ਆਈ ਮਾਰ ਗਈ ਏ ਮਹਿੰਗਾਈ ਤੈਨੂੰ ਵੀ ਨਾ ਯਾਦ ਆਈ ਫੋਨ ਤੇ ਮਜੀਠੇ ਤੋਂ ਰਿਸ਼ਤੇਦਾਰ ਨੇ ਸਾਰੇ ਲੱਭੇ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਧੰਨਵਾਦ ਜੀ ਬਹੁਤ ਅੱਛੇ ਜੀ ਇਹ ਸਨ ਸਰਬ ਮਜੀਠਾ ਕਿਉਂ ਲੱਗ ਪਿੱਛੇ ਗੋਰਿਆਂ ਆਪਣਾ ਕਲਚਰ ਭੁੱਲ ਗਏ ਔਰ ਬਦਲਦੇ ਹੋਏ ਸੱਭਿਆਚਾਰਕ ਮੁੱਲਾਂ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਸੀ ਸਰਬ ਮਜੀਠਾ ਜੀ ਨੇ ਮਹਿੰਗਾਈ ਦੀ ਗੱਲ ਕੀਤੀ ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਆਖਿਆ
ਵਰਕਾ ਮਾਰਦੀ ਜਿਸ ਨੂੰ ਆਪਣੇ ਘਰ ਦੇ ਵਿੱਚ ਮਹਿੰਗਾਈ ਸੁਣੀ ਉਹ ਤੇਰੇ ਬਿਸਮਿਲ੍ਲਾ ਖਾਂ ਦੀ ਦੱਸ ਕਿਵੇਂ ਸ਼ਹਿਨਾਈ ਸੁਣੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਸਮਾਂ ਕਾਫੀ ਹੋ ਗਿਆ ਪਰ ਫਿਰ ਵੀ ਸਾਡਾ ਦਿਲ ਕਰਦਾ ਹੈ ਕਿ ਡਾਕਟਰ ਸੁਖਿੰਦਰ ਬੇਦ ਜਿਹੜੇ ਸਾਡੇ ਅੱਜ ਮਹਿਮਾਨ ਸ਼ਾਇਰ ਨੇ, ਅਸੀਂ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਕੋਈ ਹੋਰ ਰਚਨਾ, ਰਚਨਾਵਾਂ ਉਹਨਾਂ ਦੀਆਂ ਸਾਰੀਆਂ ਖੂਬਸੂਰਤ ਨੇ ਕਿਉਂਕਿ ਬਹੁਤ ਲੰਬਾ ਇਹਨਾਂ ਕੋਲ ਅਧਿਆਪਨ ਦਾ ਤਜਰਬਾ ਹੈ, ਸ਼ਾਇਰੀ ਦਾ ਤਜਰਬਾ ਹੈ ਔਰ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜੇ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਨੇ, ਕਿਸੇ ਨੇ ਐਮਪੁਲ ਕੀਤੀ ਹੈ, ਕਿਸੇ ਨੇ ਪੀਐਚਡੀ ਕੀਤੀ ਹੈ, ਪ੍ਰੋਫੈਸਰ ਸਾਹਿਬ ਨੇ ਬੜੇ ਥਾਵਾਂ ਤੇ ਜਾ ਕੇ ਆਪਣੇ ਖੋਜ ਪੇਪਰ ਪੜ੍ਹੇ ਨੇ ਔਰ ਇਹਦੇ ਨਾਲ ਨਾਲ ਅਨੇਕਾਂ ਹੀ ਜਿਹੜੇ ਅਵਾਰਡ ਨੇ ਡਾਕਟਰ ਸੁਖਿੰਦਰ ਬੇਦ ਦੀ ਉਹਨਾਂ ਦੀ ਦੇਣ ਦੀ ਬਦੌਲਤ ਉਹਨਾਂ ਵਿੱਚ ਹੋਏ ਪਏ ਹੈ ਔਰ ਅਸੀਂ ਇਹੋ ਜਿਹੀ ਦਮਦਾਰ ਸ਼ਖਸੀਅਤ ਜਿਹੜਾ ਲਾਹਾ ਲੈਂਦੇ ਹੋਏ ਬੇਨਤੀ ਕਰਦੇ ਹਾਂ ਕਿ ਆਪਣੀ ਕੋਈ ਇੱਕ ਹੋਰ ਰਚਨਾ, ਭਾਵੇਂ ਕਿ ਸਮਾਂ ਹੋ ਗਿਆ ਪਰ ਫਿਰ ਵੀ ਅਸੀਂ ਕੰਮ ਸਾਹਿਬ ਤੋਂ ਮਾਫੀ ਦੇ ਨਾਲ ਅੱਜ ਦੀ ਇਸ ਮਜਲਿਸ ਨੂੰ ਥੋੜਾ ਵਧਾਉਣ ਦੇ ਲਈ ਅੱਗੇ ਲੈਂਦੇ ਹੋਏ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਕੋਈ ਰਚਨਾ ਜ਼ਰੂਰ ਜਿਹੜਾ ਇੱਕ ਹੋਰ ਸਾਂਝੀ ਕਰਨ ਸਾਡੇ 85 ਮੁਲਕਾਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਵਿੱਚ ਬੇਸਬਰੀ ਦੇ ਨਾਲ ਜਿਹਨਾਂ ਨੂੰ ਉਡੀਕ ਹੁੰਦੀ ਹੈ ਹਰੇਕ ਐਤਵਾਰ ਦੀ ਇਸ ਪ੍ਰੋਗਰਾਮ ਸੁਣ ਕੇ ਔਰ ਜਿਹੜੇ ਰਹਿ ਜਾਂਦੇ ਨੇ ਬਾਅਦ ਵਿੱਚ ਯੂਟਿਊਬ ਤੋਂ ਜਾ ਕੇ ਸਰਚ ਮਾਰ ਕੇ ਮਜਲਿਸ ਦਾ ਆਨੰਦ ਮਾਣਦੇ ਨੇ। ਸੋ ਬਹੁਤ ਲੰਬਾ ਨਾ ਜਾਂਦਾ ਹੋਇਆ ਮਾਈਕ ਇੱਕ ਵਾਰ ਫੇਰ ਹਵਾਲੇ, ਇਸ ਵਕਤ ਕੈਲੀਫੋਰਨੀਆ ਦੇ ਵਿੱਚ ਵਿਚਰ ਰਹੇ ਦੇਸ਼ ਦੇਸ਼ ਦੇ ਦੌਰੇ ਤੇ ਚੱਲੇ ਸਾਡੇ ਪੰਜਾਬ ਦੀ, ਸਾਡੀ ਪੰਜਾਬੀ ਦੀ, ਸਾਡੇ ਆਦਮ ਦੀ ਇੱਕ ਮਹਿਬੂਬ ਹਸਤੀ ਡਾਕਟਰ ਸੁਖਿੰਦਰ ਬਰਾੜ ਜੀ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨ। ਡਾਕਟਰ ਸੁਖਿੰਦਰ ਬੀਰ ਜੀ ਮਾਫ਼ ਕਰਨਾ, ਡਾਕਟਰ ਸੁਖਿੰਦਰ ਬੀਰ ਹੈਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਵਿਭਾਗ। ਧੰਨਵਾਦ। ਹਾਂਜੀ ਪ੍ਰੋਫੈਸਰ ਸਾਹਿਬ, ਤੇਰੀ ਦੀਦ ਦੇ ਤਿਹਾਏ ਜੋਗੀ, ਤੇਰੀ ਦੀਦ ਦੇ ਤਿਹਾਏ ਜੋਗੀ, ਦਰ ਦਰ ਖਾਕ ਸ਼ਾਨ ਦੇ ਜਿੰਦੇ ਨੇ, ਦਰ ਦਰ ਖਾਕ ਸ਼ਾਨ ਦੇ ਨੀ ਜਿੰਦ ਮੇਰੀ। ਸਾਡੇ ਸਾਂ ਸੁਗੰਧੀਆਂ ਪਰ ਕੇ, ਸਾਡੇ ਸਾਂ ਸੁਗੰਧੀਆਂ ਪਰ ਕੇ, ਚੰਨ ਹੁਣ ਪੈਦਾ ਦਾਨੀ ਜਿੰਦ ਮੇਰੀ, ਚੰਨ ਹੁਣ ਪੈਦਾ ਦਾਨੀ। ਸਹਿ ਕਲਮਾ ਚੁਕਲਾ ਬਣਿਆ ਵੇ, ਸਹਿ ਕਲਮਾ ਚੁਕਲਾ ਬਣਿਆ ਵੇ, ਹੁਸਨ ਦੀਏ ਜਿੰਦ ਮੇਰੀਏ, ਹੁਸਨ ਦੀਏ ਤੇਰੇ ਲਈ ਨਾ ਉਮਰ ਇੱਕ ਕਾਫੀ, ਤੇਰੇ ਲਈ ਨਾ ਉਮਰ ਇੱਕ ਕਾਫੀ, ਉਮਰਾਂ ਦੇ ਗੇੜੇ ਚ ਰਹਾਣੀ ਜਿੰਦ ਮੇਰੀਏ, ਉਮਰਾਂ ਦੇ ਗੇੜੇ ਚ ਰਹਾਣੀ ਜਿੰਦ ਮੇਰੀਏ। ਜੋਗੀ ਰਾਮ ਤੇ ਪਹਾੜੀ ਬਹਿ ਗਏ, ਜੋਗੀ ਰਾਮ ਤੇ ਪਹਾੜੀ ਬਹਿ ਗਏ, ਅੱਖੀਆਂ ਦੇ ਰੋੜ ਬਣ ਗਏ ਨੀ ਜਿੰਦ ਮੇਰੀ, ਅੱਖੀਆਂ ਜੋਗੀ ਪੇਤ ਨਾ ਦਿਲਾਂ ਦੇ ਦੱਸ ਦੇ, ਜੋਗੀ ਪੇਤ ਨਾ ਦਿਲਾਂ ਦੇ ਦੱਸ ਦੇ, ਬਹਿਣ ਡੂੰਘੇ
ਪਾਣੀਆਂ ਦੇ ਨੀ ਜਿੰਦੇ ਮੇਰੇ ਪਾਣੀਆਂ ਦੇ ਕਿਆ ਬਾਤ ਹੈ ਜੀ ਵਾਹ ਬਹੁਤ ਅੱਛਾ ਜੀ ਸ਼ਾਰਾ ਗੇ ਤੋ ਕਰੀਬ ਪਿਆ ਵਸਨੇ ਸ਼ਾਰਾ ਗੇ ਤੋ ਕਰੀਬ ਪਿਆ ਵਸਨੇ ਡਾਰ ਵਿੱਚੋਂ ਨਿਕਲੀ ਜਿੰਦੇ ਡਾਰ ਵਿੱਚੋਂ ਨਿਕਲੀ Very good. Bahut acha ji. Bahut acha professor sahab. Very nice. Parowal sahab nu puch lo bhai. Parowal sahab nu puch lo main kya ki inna da happy friday nu tuhanu program hega? Sir main davanga ji ik hor sir tade ko yaad leni chahuna ji. Haanji. Ki shukrawar friday nu ਮੈਂ 10 ਮਿੰਟ ਦੀਆਂ ਨਾ ਇੱਕ ਸੈਟ ਤੇ ਖਬਰਾਂ ਦੇਵਾਂਗੇ ਜੀ ਆਪਾਂ ਸਾਡੇ ਪੰਜਾਬ ਬਾਰੇ ਨਹੀਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਜਿਹੜਾ ਤੁਹਾਡਾ ਫਰਾਈਡੇ ਨਹੀਂ ਦਿਓ ਤਾਂ ਜੋ ਮਰਜ਼ੀ ਹੋ ਤੁਹਾਡਾ ਹੀ ਪ੍ਰੋਗਰਾਮ ਹੈ ਨਾ ਕਿ ਫਰਾਈਡੇ ਨੂੰ ਪ੍ਰੋਗਰਾਮ ਤੁਸੀਂ ਕਰਨਾ ਹੈ ਨਾ ਹਾਂ ਸਰ ਕਰਾਂਗੇ ਜੀ ਹਾਂਜੀ ਕਿੰਨੇ ਵਜੇ ਕਰਨਾ ਚਾਹੁੰਦੇ ਆ ਜੋ ਤੁਹਾਡਾ ਹੁਕਮ ਸਰ ਨਹੀਂ ਨਹੀਂ ਉਹ ਜਿਹੜਾ ਟਾਈਮ ਪਹਿਲਾਂ ਸੀ ਉਹੀ ਟਾਈਮ ਤੁਸੀਂ ਰੱਖਣਾ ਨਾ ਪੱਕਾ ਇੱਕ ਟਾਈਮ ਫਿਰ ਸੈੱਟ ਕਰ ਦਿਓ ਜਦੋਂ ਤੁਹਾਡਾ ਇੱਕ ਵੱਜ ਜਾਂਦਾ ਇੱਧਰ ਮੇਰਾ ਰਾਤ ਦਾ ਇੱਕ ਵੱਜ ਜਾਂਦਾ ਰਾਤੀ ਰਾਤੀ ਮੇਰਾ ਇੱਕ ਵੱਜ ਗਿਆ ਸੀ ਦਸ ਵਜਣੇ ਮੇਰੇ ਵੀ ਤੇ ਦਸ ਵਜਣੇ ਨਾ ਰਾਤ ਦੇ ਤੁਹਾਡੇ ਦਿਨ ਦੇ ਹੁੰਦੇ ਆ ਚਲੋ ਠੀਕ ਹੈ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ ਆ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਕੱਲ ਨਹੀਂ ਦੇਖਿਆ ਪਰੋਵਾਲ ਸਾਹਿਬ ਨੇ ਪੰਜਾਬੀ ਪ੍ਰੋਗਰਾਮ ਨਵਾਂ ਸ਼ੁਰੂ ਕੀਤਾ ਉਹਦਾ ਨਾਂ ਰੱਖਿਆ ਮੁਲਾਕਾਤ ਐਟ ਪੰਜਾਬੀ ਮੰਚ ਲਾਈਵ ਜਿਹਦੇ ਵਿੱਚ ਹਰ ਸ਼ੁੱਕਰਵਾਰ ਨੂੰ ਅਮੈਰੀਕਾ ਟਾਈਮ ਦੇ ਮੁਤਾਬਕ ਸ਼ੁੱਕਰਵਾਰ ਹੈ ਤੇ ਤੁਹਾਡੇ ਸ਼ਨੀਚਰਵਾਰ ਹੋਇਆ ਕਰਨਗੀ ਤੇ ਇਹ ਕਿਸੇ ਨਾ ਕਿਸੇ ਮਹਾਂਪੁਰਸ਼ ਨਾਲ ਕਿਸੇ ਕਵੀ ਨਾਲ ਕਿਸੇ ਰਾਈਟਰ ਨਾਲ ਕਿਸੇ ਵੀ ਹਸਤੀ ਦੇ ਨਾਲ ਕੋਈ ਕਿਸੇ ਟਾਈਪ ਦੀ ਮੁਲਾਕਾਤ ਰੱਖਿਆ ਕਰਨਗੇ ਉਹ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਉਹ ਇਹਨਾਂ ਦੇ ਹੱਥ ਹੈਗਾ ਸਾਰਾ ਇਸੇ ਕਰਕੇ ਇਹਦਾ ਨਾਂ ਉਹਨਾਂ ਨੇ ਮੁਲਾਕਾਤ ਰੱਖਿਆ ਕਿਹਦੇ ਨਾਲ ਮੁਲਾਕਾਤ ਕਰਨੀ ਹੈ ਦੋ ਚਾਰ ਬੰਦਿਆਂ ਨਾਲ ਕਰਨੀ ਹੈ ਦਸ ਬੰਦਿਆਂ ਨਾਲ ਕਰਨੀ ਹੈ ਉਹ ਸਾਰੀ ਇਹਨਾਂ ਦੀ ਮਰਜ਼ੀ ਹੈ ਉਹ ਫਾਰਮੈਟ ਇਹਨਾਂ ਦੇ ਕੋਲ ਹੈ ਲੇਕਿਨ ਉਹਦੇ ਵਿੱਚ ਮੁਲਾਕਾਤ ਹੋਇਆ ਕਰੂਗੀ ਹੋ ਸਕਦਾ ਕਵੀਆਂ ਨਾ ਹੋਵੇ ਜਾਂ ਲਿਖਾਰੀਆਂ ਨਾ ਹੋਵੇ ਜਾਂ ਕਿਸੇ ਪਬਲਿਕ ਫਿਗਰ ਨਾ ਹੋਵੇ ਉਹ ਇਹਨਾਂ ਦੀ ਮਰਜ਼ੀ ਹੈ ਠੀਕ ਹੈ ਜੀ ਪਰਵਾਲ ਸਾਹਿਬ ਹਾਂਜੀ ਨਮਸਕਾਰ ਅਦਾਬ ਅਮਰੀਕਾ ਦੇ ਟਾਈਮ ਦੇ ਮੁਤਾਬਕ ਫਰਾਈਡੇ ਨੂੰ ਤੇ ਇੰਡੀਆ ਟਾਈਮ ਤੋਂ ਸ਼ਨੀਚਰਵਾਰ ਨੂੰ ਦੁਬਾਰਾ ਤੁਹਾਡੇ ਦਰਸ਼ਨ ਕਰਦੇ ਹਾਂ ਜੀ ਓਕੇ ਜੀ ਸਤਿ ਸ਼੍ਰੀ ਅਕਾਲ